ਇਹ ਰਾਗੀ ਤੇ ਕੋਧਰੇ ਦਾ ਆਟਾ ਹੈ ਬਈ ਤੇ ਦੇਸੀ ਘਿਓ ਤੇ ਸ਼ੱਕਰ 'ਚ ਤਿਆਰ ਨੇ ਇਹ। ਵਿਦੇਸ਼ਾਂ ਦੇ ਵਿੱਚ ਕਿੰਨੇ ਕੰਟਰੀਆਂ 'ਚ ਪਹੁੰਚ ਗਿਆ? ਹਾਂ ਬਈ 6 ਕੰਟਰੀਆਂ 'ਚ ਪਹੁੰਚ ਗਿਆ ਆਪਣੇ। ਜੱਟ ਵਾਲੀ ਹੰਡੀ ਮਤਲਬ ਕਰ ਲਈ ਆਪਾਂ ਨੇ ਵੀ ਕੁਛ ਨਾ ਕੁਛ ਕਰਨਾ ਹੈ ਜੀ ਆਪਣੇ। ਹਾਂ ਬਸ ਉਹ ਹਿੰਡ ਕਰਕੇ ਬਸ ਇੱਥੇ ਤੱਕ ਪਹੁੰਚੇ ਆਂ ਬਈ। ਡੇਢ ਸਾਲ ਰੁੱਤ ਦਾ ਰਿਹਾ। ਖੋਦਰਾ ਤੇ ਰਾਗੀ ਵਗੈ ਹਾਂ ਇਹ ਰੁਲਦੀ ਰਹੇ ਕਿਉਂ ਪੁੱਛਿਆ ਕਰਾ ਜਾ ਕੇ ਉਹ ਕੁਛ ਮੁੱਲ ਨਹੀਂ ਲਾਉਂਦਾ ਸੀ ਕੋ ਕੱਚੇ ਮਾਲ ਲੱਗੀ ਨਾ ਮੁੱਲ ਆਉਣਾ ਬਾਈ ਜੇ ਇਹ ਤੋਂ ਅੱਗੇ ਤੁਸੀਂ ਪ੍ਰੋਡਕਟ ਬਣਾ ਕੇ ਵੇਚਣਾ ਫਿਰ ਇਹਦੇ ਵਰਗੀ ਚੀਜ਼ ਨਹੀਂ ਕੋਈ ਫਿਰ ਅ ਜੀਰੀ ਵਗੈਰਾ ਨਾਲ ਥਲੇ ਡੇ ਦੀ ਇਹ ਪਹਿਲਾਂ ਤਾਂ ਹਸੀ ਮਜ਼ਾਕ ਚੱਲਦੀ ਰਹੇਗਾ ਵੀ ਕਿਉਂ ਤੁਰੇ ਜਾਂਦੇ ਨੇ ਮਤਲਬ ਥੋੜਾ ਜਿਆ ਹੁੰਦਾ ਹੀ ਹੈ ਬਾਈ ਵੀ ਇਹ ਨਵਾਂ ਅਲੱਗ ਜਿਹਾ ਕਿਵੇਂ ਹਨਾ ਵੀ ਵੇਟ ਐਂਡ ਬਾਅਦ ਚ ਜਿਵੇਂ ਉਹ ਹੁੰਦਾ ਹਨਾ ਵੀ ਵੀ ਦੇਖਦੇ ਆ ਵੀ ਕੀ ਕਰਦੇ ਹਨ ਬ੍ਰਾਂਡ ਆ ਤੁਹਾਡਾ ਪਿੰਡ ਬੀ ਇਹ ਕਿਵੇਂ ਸੋਚਿਆ ਵੀ ਯਾਰ ਆਹ ਬ੍ਰਾਂਡ ਦੇ ਅਧੀਨ ਜਿਹੜਾ ਜਿਹੜਾ ਸਾਡਾ ਗੁਰਵਿੰਦਰਾ ਤੇਰਾ ਬਿਸਕਟ ਜਾਊਗਾ ਤੇ ਇਸ ਬ੍ਰਾਂਡ ਦੇ ਅਧੀਨ ਹੀ ਵਿਦੇਸ਼ਾਂ ਜਾਊਗਾ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਕੋਈ ਸਮਾਂ ਸੀ ਕਹਿੰਦੇ ਜਦੋਂ ਕਿਸਾਨਾਂ ਦੇ ਪੁੱਤ ਪੜਦੇ ਨਹੀਂ ਸੀ ਜੱਟਾਂ ਦੇ ਪੁੱਤ ਪੜਦੇ ਨਹੀਂ ਸੀ ਤਾਂ ਉਹਨਾਂ ਨੂੰ ਇੱਕ ਮਿਹਣਾ ਮਾਰਿਆ ਜਾਂਦਾ ਸੀ ਕਿ ਪੁੱਤਾ ਪੜ ਲਾ ਤਨਿ ਫਰ ਖੇਤੀ ਵਾਲੇ ਪਾਸੇ ਤੈਨੂੰ ਆਉਣਾ ਪਊਗਾ ਨਹੀਂ ਖੇਤੀ ਬੜੀ ਕਰਨੀ ਪਊਗੀ ਪਰ ਅੱਜ ਇਹ ਧਾਰਨ ਜਿਹੜੀ ਆ ਬਦਲ ਗਈ ਆ ਪੜ੍ਹ ਲਿਖ ਕੇ ਵੀ ਕਿਸਾਨ ਜਿਹੜੇ ਆ ਉਹ ਖੇਤੀ ਕਰਦੇ ਨੇ ਪੜ੍ਹ ਲਿਖ ਕੇ ਵੀ ਜੱਟਾਂ ਦੇ ਪੁੱਤ ਖੇਤੀ ਵੱਲ ਆਉਂਦੇ ਨੇ ਉਦਾਹਰਨ ਬਦਲੀ ਕਿੰਨਾਂ ਨੇ ਆ ਉਦਾਹਰਨ ਬਦਲੀ ਉਹਨਾਂ ਨੇ ਆ ਜਿਹੜੇ ਕਿਸਾਨ ਕਿਸਾਨੀ ਦੇ ਨਾਲ-ਨਾਲ ਵਪਾਰੀ ਬਣੇ ਨੇ ਅਸੀਂ ਅਕਸਰ ਸੁਣਦੇ ਆ ਕਿ ਜੇਕਰ ਕਿਸਾਨੀ ਦੇ ਵਿੱਚੋਂ ਕੁਝ ਖੱਟਣਾ ਆ ਜੇਕਰ ਖੇਤੀ ਦੇ ਵਿੱਚੋਂ ਕੁਝ ਖੱਟਣਾ ਆ ਤਾਂ ਸਾਨੂੰ ਸਾਡੀ ਫਸਲ ਸਿੱਟਣੀ ਨਹੀਂ ਸਾਡੀ ਫਸਲ ਵੇਚਣੀ ਪਊਗੀ ਕਿਉਂਕਿ ਹੁਣ ਅਸੀਂ ਮੰਡੀਆਂ ਦੇ ਵਿੱਚ ਫਸਲ ਸੁੱਟਦੇ ਆ ਤੇ ਜਿਹੜੇ ਕਿਸਾਨ ਵਪਾਰੀ ਬਣੇ ਨੇ ਕਿਸਾਨ ਦੇ ਨਾਲ-ਨਾਲ ਵਪਾਰ ਵੀ ਜਿਹੜੇ ਹੈਗੇ ਨੇ ਕਰਦੇ ਨੇ ਆਪਣੀ ਫਸਲ ਨੂੰ ਜਿਹੜੇ ਨੇ ਆਪਣੇ ਤੈਅ ਕੀਤੇ ਮੁੱਲ ਦੇ ਉੱਪਰ ਵੇਚਦੇ ਨੇ ਉਹਨਾਂ ਦੇ ਲਈ ਖੇਤੀ ਜਿਹੜੀ ਆ ਬੜਾ ਲਾਹੇਵੰਦ ਤੰਦਾ ਆ ਤੇ ਅੱਜ ਮੇਰੇ ਨਾਲ ਇੱਕ ਅਗਾਵਧੂ ਕਿਸਾਨ ਬੈਠਾ ਆ ਜਿਵੇਂ ਆਖਦੇ ਮਾਂ ਕਿ ਇਹ ਕਿਸਾਨ ਆਪਣੇ ਖੇਤਾਂ ਦੇ ਵਿੱਚ ਬਿਸਕਟ ਗਾਉਂਦਾ ਆ ਤਾਂ ਸ਼ਾਇਦ ਤੁਸੀਂ ਯਕੀਨ ਨਹੀਂ ਕਰੋਗੇ ਤੇ ਬਿਸਕਟ ਅਗਾਉਂਦਾ ਵੀ ਕਿੰਨਾਂ ਦੇ ਨਾਲ ਆ ਮੂਲ ਅਨਾਜਾਂ ਦੇ ਨਾਲ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਗੁਰਵਿੰਦਰ ਸਿੰਘ ਮੇਰੇ ਨਾਲ ਹੋਣਗੇ ਮਾਨਸਾ ਦੇ ਪਿੰਡ ਬੀਰੋਕੇ ਕਲਾਂ ਦੇ ਵਿੱਚ ਬੈਠੇ ਆ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰ ਲੈਨੇ ਆ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਾਂਗੇ ਗੁਰਵਿੰਦਰ ਬਾਈ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਐ ਐਮ ਬੀ ਟੀਵੀਜ਼ਨ ਤੇ ਹਸਰੀਕਾਰ ਬਈ ਆਰ ਐਮ ਬੀ ਚੈਨਲ ਵੇਖ ਰਹੇ ਸਾਰੇ ਪ੍ਰਾਪਾਂ ਨੂੰ ਹਸਰੀਕਾਰ ਜਸ ਬਾਈ ਸਵਾਗਤ ਤੁਹਾਡਾ ਬਈ ਠੀਕ ਠਾਕ ਹੋ ਹਾਂ ਹਾਂ ਵਧੀਆ ਬਈ ਵਧੀਆ ਅੱਛਾ ਜਿਵੇਂ ਮੈਂ ਪਹਿਲਾਂ ਗੱਲ ਕਰੀ ਆ ਕਿ ਸਾਡੇ ਅਕਸਰ ਕਿਸਾਨਾਂ ਪਰਿਵਾਰਾਂ ਦੇ ਵਿੱਚ ਕੀ ਹੁੰਦਾ ਸੀ ਕਿ ਪੜ੍ਹ ਲਿਖ ਲੈ ਜੇ ਨਾਮ ਪੜਿਆ ਲਿਖਿਆ ਤਾਂ ਤੇਰੇ ਪਿਓ ਵਾਂਗੂ ਮਿੱਟੀ ਨਾਲ ਮਿੱਟੀ ਹੋਣਾ ਪੈਣਾ ਤੇ ਤੇਰੇ ਪਿਓ ਵਾਂਗੂ ਖੇਤੀ ਕਰਨੀ ਪੈਣੀ ਹੈ ਹਨਾ ਇਹੀ ਹੁੰਦਾ ਸੀ ਹਾਂ ਬਈ ਸਹੀ ਗੱਲ ਹੈਗੀ ਵੀ ਅਸਲ ਬਦਲ ਹੋਰ ਕੋਈ ਹੈ ਹੀ ਨਹੀਂ ਸੀ ਬਾਈ ਹਨਾ ਕਿ ਹੁਣ ਤਾਂ ਥੋੜਾ ਜਿਹਾ ਫੌਰੀਂ ਦਾ ਹੋ ਗਿਆ ਵੀ ਜਦ 15 ਲੱਖ ਲਾਇਆ ਬਾਹਰ ਭੇਜਦਾ ਬੱਚਾ ਹਨਾ ਪਹਿਲਾਂ ਤਾਂ ਇਹੀ ਸੀਗਾ ਵੀ ਜੇ ਪੜਨਾ ਪੜ ਲੈ ਨਿਹੋ ਖੜਾ ਟਰੈਕਟਰ ਤੇ ਉਹ ਪਈਏ ਕਹੀ ਤੇ ਉਧਰ ਨੂੰ ਹੋ ਜਾ ਫਿਰ ਅੱਛਾ ਫਿਰ ਇੱਕ ਚੀਜ਼ ਹੋਰ ਦੱਸਿਓ ਫਿਰ ਇਹ ਦੌਰ ਦੇ ਚੱਲਦਿਆਂ ਗੁਰਵਿੰਦਰ ਨੂੰ ਕਦੋਂ ਆਪਦੇ ਦਿਮਾਗ ਦੇ ਵਿੱਚ ਇਹ ਉਪਜ ਇਹ ਬੀਜ ਜਿਹੜਾ ਉਪਜਿਆ ਕਿ ਯਾਰ ਨਹੀਂ ਯਾਰ ਖੇਤੀ ਦਾ ਜਿਹੜਾ ਚੱਕਰ ਚੱਲੀ ਜਾਂਦਾ ਫਸਲੀ ਚੱਕਰ ਚੱਲੀ ਜਾਂਦਾ ਉਤੋਂ ਪਾਸੇ ਹੋ ਕੇ ਖੁਦ ਵਪਾਰੀ ਕਿਉਂ ਨਾ ਬਣਿਆ ਜਾਵੇ ਖੁਦ ਉਹ ਚੀਜ਼ਾਂ ਵੇਚੀਆਂ ਕਿਉਂ ਨਾ ਜਾਣ ਪ੍ਰੋਡਕਸ਼ਨ ਖੁਦ ਕਿਉਂ ਨਾ ਕੀਤੀ ਜਾਵੇ ਇਹ ਬਈ ਥੋੜਾ ਇਹ ਨਾ ਪਿੱਛੇ ਨੂੰ ਜਾਵਾਂਗੇ ਆਪਾਂ 3 ਸਾਲ ਪਹਿਲਾਂ ਜਿਵੇਂ ਉਹ ਕਰੋਨਾ ਵਾਲਾ ਚੱਲਿਆ ਕਾਲ ਹਨਾ ਤੇ ਉਦੋਂ ਜ਼ਿਆਦਾ ਹਰੇਕ ਬੰਦੇ ਨੂੰ ਸੋਚਣ ਲਈ ਮਜਬੂਰ ਹੋ ਗਿਆ ਬੰਦਾ ਵੀ ਯਾਰ ਵੀ ਆਪਾਂ ਆਪਣੇ ਖੇਤ ਆਪਦੇ ਨੇ ਹਨਾ ਤੇ ਡਿਪੈਂਡ ਆਪਾਂ ਦੂਜਿਆਂ ਤੇ ਆ ਕਿਉਂ ਨਹੀਂ ਆਪਾਂ ਸਿਹਤਮੰਦ ਆਪਾਂ ਫਸਲ ਆਪਾਂ ਮਤਲਬ ਆਪਦੇ ਖੇਤ ਚ ਪੈਦਾ ਕਰ ਸਕਦੇ ਬਿਨਾਂ ਰੇਹਾਂ ਸਪਰੇਅਾਂ ਤੋਂ ਆਪਣੇ ਰਸਾਇਣ ਹੀ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਹੁਣ ਤੱਕ ਮਤਲਬ ਹੁਣ ਵੀ ਵਰਤੀ ਰਹੇ ਨੇ ਤਕਰੀਬਨ 80-85% ਮਤਲਬ ਜਿਹੜੇ ਕਿਸਾਨ ਨੇ ਹੈ ਨਾ ਜ਼ਹਿਰਾਂ ਦੀ ਮਤਲਬ ਉਹਨਾਂ ਦਾ ਟੇਕ ਹੈਗੀ ਵੀ ਜ਼ਹਿਰਾਂ ਕਾਰ ਨਹੀਂ ਮਤਲਬ ਖੇਤੀ ਹੁੰਦੀ ਹੈ ਨਹੀਂ ਇਹ ਝੂਠ ਹੈਗਾ ਮਤਲਬ ਜ਼ਹਿਰਾਂ ਤੋਂ ਬਿਨਾਂ ਵੀ ਆਪਾਂ ਖੇਤੀ ਕਰ ਸਕਦੇ ਹਾਂ ਹਮ ਮਤਲਬ ਤੁਸੀਂ ਫਿਰ ਕਦੋਂ ਸੋਚਿਆ ਤੁਸੀਂ ਤਿੰਨ ਤਿੰਨ ਸਾਲ ਪਹਿਲਾਂ ਸੋਚ ਲਿਆ ਸੀ ਕਿ ਖੇਤੀ ਨੂੰ ਥੋੜਾ ਜਿਆ ਮਤਲਬ ਬਦਲਮਾ ਮਾਡਲ ਜਿਹੜਾ ਉਹ ਅਪਣਾਇਆ ਜਾਵੇ ਕਿ ਯਾਰ ਇਸ ਮਾਡਲ ਵੱਲ ਵੀ ਇਸ ਕਿਤੇ ਖਿੱਤੇ ਵੱਲ ਵੀ ਆ ਜਾਵੇ ਹੁਣ ਜਿਵੇਂ ਆਪਾਂ ਗੱਲ ਆਫ ਦੀ ਰਿਕਾਰਡ ਕਰ ਰਹੇ ਸੀ ਕਿ ਤੁਸੀਂ ਕੁਦਰਤੀ ਖੇਤੀ ਵੀ ਜਿਹੜੀ ਹੈ ਕਿ ਨਾਲ-ਨਾਲ ਸ਼ੁਰੂ ਕਰਦੇ ਹੋ ਹੁਣ ਦੇ ਸਮੇਂ ਦੇ ਵਿੱਚ ਸਾਢੇ 3 ਕਿੱਲੇ ਤੁਸੀਂ ਕਰ ਰਹੇ ਹੋ ਕੁਦਰਤੀ ਖੇਤੀ ਵਾਲੇ ਪਾਸੇ ਫਿਰ ਕਿਵੇਂ ਆਏ ਬਈ ਪਹਿਲਾਂ ਮੈਨੂੰ ਵੀ ਉਹੀ ਗੱਲ ਹੈ ਜਦੋਂ ਕੋਰੋਨਾ ਵੇਲੇ ਨਾ ਮੈਨੂੰ ਲੱਗਿਆ ਵੀ ਆਪਾਂ 6 ਮੇਰੇ ਮੇਰੇ ਹੋਇਆ ਵੀ ਆਪਾਂ 6 ਕਨਾਲਾਂ ਤੋਂ ਵੀ ਆਪਦੇ ਘਰ ਵਾਸਤੇ ਪੈਦਾ ਕਰਨ ਲੱਗੀਏ ਚਲੋ ਮੇਰਾ ਮੈਂ ਤਾਂ 6 ਕਨਾਲਾਂ ਦੇ ਮਤਲਬ ਸ਼ੁਰੂ ਕਰ ਲਿਆ ਕੰਮ ਫੇਰ ਮੈਨੂੰ ਮਤਲਬ ਅਗਲੇ ਸਾਲ ਲੱਗਿਆ ਵੀ ਯਾਰ ਠੀਕ ਹੈ ਇਹ ਹੈਣਾ ਹੁਣ ਮੈਂ ਅੱਗੇ ਸ਼ੁਰੂ ਕਰਾਂ ਕਿਉਂ ਇਹ ਕੁਦਰਤੀ ਹੈ ਜੇ ਆਪਾਂ ਮਤਲਬ ਨਾ ਜੇ ਘਰੇ ਆਪਾਂ ਚੰਗਾ ਦੇਵਾਂਗੇ ਫਿਰ ਹੀ ਆਪਾਂ ਬਾਹਰ ਚੰਗਾ ਦੇ ਸਕਦੇ ਆਂਗੇ ਉਹ ਨਹੀਂ ਹੋ ਸਕਦਾ ਵੀ ਘਰੇ ਆਪਾਂ ਜ਼ਹਿਰਾ ਖਾਨੇ ਆ ਜ਼ਹਿਰਾ ਵਾਲਾ ਖਾਨੇ ਆ ਵੀ ਬਾਹਰ ਆਪਾਂ ਮਤਲਬ ਆਰਗੈਨਿਕ ਦੇ ਦਾਂ ਜਾਂ ਕੁਦਰਤੀ ਦੇ ਦਾਂਗੇ ਉਹ ਕਦੇ ਵੀ ਨਹੀਂ ਹੋ ਸਕਦਾ ਹੈਗਾ ਪਹਿਲਾਂ ਮੈਂ ਆਪ ਦੇਖਿਆ ਵੀ ਫਿਰ ਮੈਨ ਲੱਗਿਆ ਵੀ ਹਾਂ ਖੇਤ ਜੇ ਆਪਾਂ ਬਿਨਾ ਜ਼ਹਿਰਾਂ ਤੋਂ ਪੈਦਾ ਕਰ ਸਕਦੇ ਆਂ ਕੋਈ ਵੀ ਪ੍ਰੋਡਕਟ ਹੈਗਾ ਖੇਤੀ ਵਾਲਾ ਜਿਹੜਾ ਇੱਕ ਚੀਜ਼ ਹੋਰ ਦੱਸਿਓ ਜਦੋਂ ਕੁਦਰਤੀ ਖੇਤੀ ਦੀ ਗੱਲ ਆਉਂਦੀ ਆ ਬਿਨਾ ਰੇਹਾਂ ਸਪ੍ਰੇਹਾਂ ਤੋਂ ਗੱਲ ਆਉਂਦੀ ਆ ਜਿਵੇਂ ਤੁਸੀਂ ਵੀ ਗੁਰਵਿੰਦਰ ਭਾਈ ਕਿਹਾ ਕਿ ਸਾਡੇ ਦਿਮਾਗ ਦੇ ਵਿੱਚ ਇੱਕ ਚੀਜ਼ ਬਿਠਾਤੀ ਕਿ ਬਿਨਾ ਰੇਹਾਂ ਸਪ੍ਰੇਆਂ ਤੋਂ ਖੇਤੀ ਹੋ ਹੀ ਨਹੀਂ ਸਕਦੀ ਜਦੋਂ ਇਹ ਤਾਂ ਨਹੀਂ ਸਭ ਦਿੱਕਤਾਂ ਸਾਹਮਣਾ ਕਰਨਾ ਪੈ ਗਿਆ ਦੂਜੇ ਨਾਲੋਂ ਘੱਟ ਹੋਈ ਆ ਜਾਂ ਹੋਰ ਕੋਈ ਕਨਸੈਪਟ ਬਈ ਪਹਿਲਾਂ ਦਿੱਕਤ ਆਉਂਦੀ ਹੈ ਜਰੂਰ ਆਉਂਦੀ ਹੈ ਦਿੱਕਤ ਇਹ ਦੋ ਕੁ ਸਾਲ ਦਿੱਕਤ ਆਉਂਦੀ ਹੈਗੀ ਤੇ ਥੋੜਾ ਜਿਹਾ ਮਤਲਬ ਇਹਦਾ ਜਿਹੜਾ ਪ੍ਰੋਡਕਸ਼ਨ ਘੱਟ ਜਾਂਦੀ ਹੈਗੀ ਠੀਕ ਹੈ ਤੇ ਪਹਿਲਾਂ ਨਾ ਅਸਰ ਉਹ ਬਈ ਆਮਲੀ ਵਾਲੀ ਗੱਲ ਹੀ ਆ ਜ਼ਮੀਨਾਂ ਵੀ ਆਪਾਂ ਆਮਲੀ ਬਣਾਤੀ ਆ ਹਨਾ ਜਿਵੇਂ ਉਹ ਹੌਲੀ ਹੌਲੀ ਜਦੋਂ ਨਾ ਉਹ ਡੋਜ਼ ਘਟਾਉਣੀ ਪੈਂਦੀ ਹੈ ਪਹਿਲੇ ਸਾਲ ਮੈਂ 50% ਤੇ ਸੀਗਾ ਠੀਕ ਹੈ ਫਿਰ ਹੁਣ ਮੈਂ ਜਿਹੜੇ 3.5 ਕਿੱਲਾਂ ਦੇ ਮੈਂ 0 ਤੇ ਆ ਗਿਆ 0% ਜਿਹੜੇ ਆਪ ਨਾਈਟ੍ਰੋਜਨ ਵਗੈਰਾ ਹਨਾ ਖਾਦ ਪੈਸਟੀਸਾਈਡ ਉਹ ਕੁਛ ਨਹੀਂ 0% ਆਪਣਾ ਸਾਢੇ 3 ਗਿੱਲੇ ਤੇ ਜਿਹੜਾ ਕੀਤਾ ਪਰ ਮੂਲ ਨਾਜਾਂ ਦੀ ਤੁਸੀਂ ਇਹ ਜਾਣਕਾਰੀ ਕਿੱਥੋਂ ਲਈ ਕਿ ਯਾਰ ਮੂਲ ਨਾਜਾਂ ਦੀ ਖੇਤੀ ਜਿਹੜੀ ਸਾਡੇ ਬਜ਼ੁਰਗ ਸਾਡੇ ਪੁਰਖੇ ਕਰਦੇ ਆਇਆ ਅਸੀਂ ਹਾਲਾਂਕਿ ਉਹ ਚੀਜ਼ਾਂ ਭੁੱਲ ਗਏ ਅਸੀਂ ਉਹ ਚੀਜ਼ਾਂ ਕਰਨੀਆਂ ਛੱਡਤੀਆਂ ਅਸੀਂ ਹਰੀ ਕ੍ਰਾਂਤੀ ਵਾਲੇ ਪਾਸੇ ਆ ਗਏ ਅਸੀਂ ਕਣਕ ਝੋਨਾ ਨਰਮਾ ਇਹ ਚੀਜ਼ ਦੇ ਵਿੱਚ ਉਲਝ ਕੇ ਰਹਿ ਗਏ ਮੂਲ ਨਾਜਾਂ ਤੁਸੀਂ ਕਦੋਂ ਸੋਚਿਆ ਕਿ ਯਾਰ ਮੂਲ ਨਾਜਾਂ ਕੱਲੀ ਕੰਨੀ ਜਾਇਆ ਜਾਵੇ ਇਹ ਬਈ ਉਹੀ ਹੈ ਵੀ ਇਹ ਜਿਵੇਂ ਹੁਣ ਕਣਕ ਹੈ ਨਾ ਕਣਕ ਆਪਾਂ ਵੈਸੇ ਪੁਰਾਣੀ ਆਪਾਂ ਖਾਂਦੇ ਆ ਬਜ਼ੁਰਗ ਵੀ ਖਾਂਦੇ ਸੀ ਆਪਾਂ ਵੀ ਖਾ ਰਹੇ ਹਾਂ ਹਣਾ ਕਣਕ ਅਸਲ ਚ ਆਪਣਾ ਮਤਲਬ ਖਾਦ ਪਦਾਰਥ ਹੈ ਨਹੀਂਗਾ ਹੂੰ ਬਾਜ ਚਾਈ ਹੈ ਇਹ ਪਹਿਲਾ ਸਭ ਤੋਂ ਪਹਿਲੀ ਆਪਣੇ ਅਨਮੂਲ ਅਨਾਜ ਹੀ ਆਪਣੇ ਕੋਲ ਹੈਗੇ ਸੀਗੇ ਗੁਰਨਾਗਦੇਵ ਜੀ ਵੇਲੇ ਉਦੋਂ ਤੋਂ ਮਤਲਬ ਇਹ ਚੱਲੇ ਹੋਏ ਨੇ ਠੀਕ ਹੈ ਤੇ ਕਣਕ ਦਾ ਬਾਜ ਚਾਈ ਹੈਗੀ ਕਣਕ ਜੇ ਹੁਣ ਕੱਲਾ ਜਿਆਦਾ ਕਾਰਬੋਹਾਈਡਰੇਟ ਹੀ ਹੈ ਨਾ ਉਹ ਚ ਫਾਈਬਰ ਤਕਰੀਬਨ ਨਾ ਮਾਤਰੀ ਹੈਗਾ ਥੋੜੀ ਹੈਗਾ ਤੇ ਇਹ ਮਤਲਬ ਫਾਈਬਰ ਤੇ ਕੈਲਸ਼ੀਅਮ ਨਾਲ ਭਰਪੂਰ ਨੇ ਪੂਰੇ ਤੇ ਜ਼ਰੂਰੀ ਆਪਣੇ ਸਰੀਰ ਵਾਸਤੇ ਇਹ ਇਹਨਾਂ ਦਾ ਮਤਲਬ ਸੇਵਨ ਲੋਕਾਂ ਨੂੰ ਕਰਨੀ ਪਊਗਾ ਇਧਰ ਆਉਣੀ ਪਊਗਾ ਤਾਂ ਤੁਹਾਨੂੰ ਕਿਸੇ ਨੇ ਕਿਹਾ ਕਿ ਬਈ ਇਸ ਵਾਲੇ ਪਾਸੇ ਆ ਜਾ ਜਾਂ ਤੁਸੀਂ ਖੋਦੀ ਜਦੋਂ ਇਹਨੀਆਂ ਖਾਸੀਅਤ ਜਿਹੜੀਆਂ ਪੜੀਆਂ ਨੇ ਤਾਂ ਉਸ ਤੋਂ ਬਾਅਦ ਦਾ ਤੋਂ ਤੁਹਾਨੂੰ ਹੈ ਕਿ ਯਾਰ ਇਹ ਕੀਤੀ ਜਾਵੇ ਕਿ ਹਾਂ ਪਹਿਲਾਂ ਮੈਨੂੰ ਥੋੜਾ ਲੱਗਿਆ ਫਿਰ ਮੈਂ ਇਹਦੇ ਬਾਰੇ ਸਰਚ ਕੀਤੀ ਕਾਫੀ ਡਾਕਟਰ ਖਾਦਰਵਲੀ ਡਾਕਟਰ ਅਮਰਜਾ ਲਾਗੇ ਪਟਿਆਲੇ ਵਾਲੇ ਤੇ ਇਹਨਾਂ ਨੂੰ ਮੈਂ ਵਾਵਾ ਮਤਲਬ ਸੋਣਿਆ YouTube ਵਗੈਰਾ ਤੇ ਇਹਨਾਂ ਨੂੰ ਸਾਰਾ ਸਰਚ ਕੀਤਾ ਮੈਂ ਫਿਰ ਮੈਂ ਮਹਾਰ ਮੈਂ ਇਹ ਅਗਾ ਕੇ ਦੇਖੀ ਆਪਾਂ ਮੈਂ 50 60 ਗੁੱਚੀਆਂ ਮੈਨੂੰ ਮਤਲਬ ਇਧਰੋਂ ਬਟਾਲਾ ਸਾਈਡ ਤੋਂ ਮੈਨੂੰ ਮਿਲ ਗਈਆਂ ਤੇ ਮੈਂ ਉਹ ਅਗਾਈਆਂ ਆਪਦੇ ਖੇਤ ਚ ਮੇਰੇ ਕੋਲ 5-6 ਕਿਲੋ ਬੀਜ ਹੋ ਗਿਆ ਫਿਰ ਅਗਲੇ ਸਾਲ ਮੈਂ ਮਤਲਬ ਉਹ ਤੋਂ ਵਧਾਉਂਦਾ ਤੁਰਿਆ ਗਿਆ ਜੀ ਹਾਂਜੀ अच्छा एक गल और दसो जे में तुसी आख रहे सी आप हफ्ते रिकॉर्ड गल कर रही तुसी कहके जेकर शुगर ਦੇ ਕੋਈ ਮਰੀਜ਼ ਹੁੰਦੇ ਆ ਹੁਣ ਅੱਜ ਦੇ ਸਮੇਂ ਦੇ ਵਿੱਚ ਤਾਂ ਸ਼ਾਇਦ ਘਰ ਘਰ ਦੇ ਵਿੱਚ ਦੋ ਦੋ ਜੀ ਤਿੰਨ ਤਿੰਨ ਜੀ ਸ਼ੂਗਰ ਦੇ ਆ ਉਹ ਮੂਲ ਨਾਜ ਦੇ ਨਾਲ ਵੀ तुसी कहके ਠੀਕ ਹੋਏ ਨੇ ਹਾਂ ਬਈ ਇਹ ਮੂਲ اناਜ ਨਾਲ ਜਿਹੜੇ ਇਹਨਾਂ ਚ ਉਹੀ ਦੱਸਿਆ ਮੈਂ ਵੀ ਫਾਈਬਰ ਹਨਾ ਫਾਈਬਰ ਬਹੁਤ ਜ਼ਿਆਦਾ ਕੈਲਸ਼ੀਅਮ ਬਹੁਤ ਜ਼ਿਆਦਾ ਹੈਗਾ ਤੇ ਉਹ ਉਹ 슈ਗਰ ਨੂੰ ਬਾਹਰ ਕੱਢਦੇ ਨੇ ਜਦੋਂ ਇਹ ਆਪਣੇ ਸਰੀਰ ਚ ਜਾਂਦੇ ਹਨਾ 슈ਗਰ ਨੂੰ ਬਾਹਰ ਕੱਢਦੇ ਨੇ ਜਿਹੜੀ ਫालतू 슈ਗਰ ਹੈ ਆਪਣੇ ਸਰੀਰ ਚ ਤੇ ਆਟੋਮੈਟਿਕ ਹੀ ਹੈ ਮਤਲਬ ਮੈਂ ਕਈ ਤੇ ਤਜਰਬਾ ਵੀ ਕੀਤਾ ਹੈਗਾ ਤੇ ਮਹੀਨ تقريبا ਮਹੀਨੇ ਦੇ ਵਿੱਚ ਵਿੱਚ ਮਟਾਪਾ ਤੇ 슈ਗਰ ਉਹਨਾਂ ਦਾ ਮਤਲਬ ਬਹੁਤ ਜ਼ਿਆਦਾ ਥੱਲੇ ਨੂੰ ਆ ਗਿਆ अच्छा ये मुड़े में हां हम्म अच्छा ਮੜੇ ਡਿਟੇਲ ਦੇ ਵਿੱਚ ਦੱਸੋ ਕਿ ਇਸ ਤਰ੍ਹਾਂ ਦੇ ਨਾਲ ਜਿਵੇਂ ਤੁਸੀਂ ਜਿੰਨਾ ਤੇ ਐਕਸਪੈਰੀਮੈਂਟ ਕੀਤਾ ਤਜਰਬਾ ਕੀਤਾ ਉਹ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਲੈਣ ਦੀ ਵਿਧੀ ਦੱਸੀ ਕਿ ਕਿ ਇਦਾਂ ਇਦਾਂ ਭਈ ਇਹਨਾਂ ਨੂੰ ਯੂਜ਼ ਕਰੋ ਉਸ ਤੋਂ ਬਾਅਦ ਕੋਈ ਨਾ ਕੋਈ ਤੁਹਾਨੂੰ ਨਤੀਜਾ ਚੰਗਾ ਮਿਲੂਗਾ ਇਹ ਪੰਜ ਅਨਾਜ ਆ ਗਏ ਬਈ ਕੋਦਰਾ ਕੰਗਣੀ ਹਰੀ ਕੰਗਣੀ ਕੁਟਕੀ ਸਬਾਂਖ ਤੇ ਇਹ ਇਹਨਾਂ ਦਾ ਨਾ ਸਰਕਲ ਬਣਾਉਣਾ ਪੈਂਦਾ ਅਸਲ 'ਚ ਜੇ ਕੋਈ ਬਿਮਾਰ ਹੈ ਉਹਨੂੰ ਸਰਕਲ ਬਣਾਉਣਾ ਪੈਂਦਾ ਜਿਵੇਂ ਦੋ ਦਿਨ ਕੋਦਰਾ ਖਾਦਾ ਠੀਕ ਹੈ ਫਿਰ ਅਗਲੇ 2 ਦਿਨ ਕੰਗਣੀ ਖਾਧੀ ਫਿਰ ਅਗਲੇ 2 ਦਿਨ ਹਰੀ ਕੰਗਣੀ ਖਾਧੀ ਫਿਰ ਅਗਲੇ 2 ਦਿਨ ਕਟਕੀ ਖਾਧੀ ਫਿਰ ਅਗਲੇ ਦਿਨ 2 ਦਿਨ ਸਵਾਹ ਖਾਧੀ ਇਹ 10 ਦਿਨਾਂ ਦਾ ਸਰਕਲ ਬਣਦਾ ਹੈਗਾ ਤੇ ਇਹਦਾ ਪ੍ਰੋਪਰ ਇੱਕ ਢੰਗਾ ਹੈ ਅਲੱਗ ਕਣਕ ਨਾਲੋਂ ਵੀ ਆਏ ਨੇਗਾ ਵੀ ਸਿੱਧੀ ਤੁਸੀਂ ਇਹਦੀ ਮਤਲਬ ਦਲੀਆ ਸਿੱਧੀ ਬਣਾ ਲਿਆ ਜਾਂ ਇਹਦਾ ਆਟਾ ਗੁੰਨ ਕੇ ਸਿੱਧੀ ਰੋਟੀ ਬਣਾ ਲਈ 5 ਤੋਂ 6 ਘੰਟੇ ਪਹਿਲਾਂ ਇਹ ਪਿਉਣਾ ਪੈਂਦਾ ਕੁਜੇ ਵਗੈਰਾ ਚ ਉਹ ਜਿਵੇਂ ਪ੍ਰਾਣਾ ਜੀ ਮਤਲਬ ਢੰਗ ਨਾਲ ਈ ਸਾਰਾ ਕਰਨਾ ਪੈਂਦਾ ਇਹ ਜਿਵੇਂ ਪਹਿਲਾਂ ਕੁਜੇ ਚ ਪਿਉਣਾ ਪੈਂਦਾ 6-7 ਘੰਟੇ ਫਿਰ ਅੱਗੇ ਬਣਦਾ ਇਹ ਆਟਾ ਵੀ ਇਸ ਜਣੀ ਹੈ 2- ਕਟੋਗਾ ਟਾਟਾ ਇਹਦਾ ਮਾਤਰ ਗੁੰਨਗੇ ਰੱਖਣਾ ਪੈਂਦਾ ਫਿਰ ਬਾਅਦ ਚ ਰੋਟੀ ਬਣਦੀ ਹੈ ਜੀ ਹਮ ਅੱਛਾ ਹੁਣ ਇੱਕ ਚੀਜ਼ ਹੋਰ ਦੱਸਿਓ ਮੁੱਖ ਗੱਲ ਤੇ ਆਈ ਹੈ ਆਪਾਂ ਹੁਣ ਬਿਸਕੁਟਾਂ ਤੇ ਆ ਜੀਏ ਅੱਛਾ ਅਸੀਂ ਅਕਸਰ ਜਦੋਂ ਸਾਡੇ ਕੋਈ ਆ ਜਾਂਦਾ ਨਾ ਰਿਸ਼ਤੇਦਾਰ ਉਹ ਕਹਿੰਦਾ ਕਿ ਭਾਈ ਦੁਕਾਨ ਤੋਂ ਬਿਸਕੁਟ ਲਿਆ ਬਰਟੈਨੀਆ ਦੇ ਲਿਆ ਪਾਰਲੇਜੀ ਦੇ ਲਿਆ ਜਾਂ ਹੋਰ ਸੌ ਤਰ੍ਹਾਂ ਦੇ ਲਿਆ ਹਨਾ ਤਾਂ ਫਿਰ ਇੱਕ ਕਿਸਾਨ ਨੇ ਕਿਵੇਂ ਸੋਚ ਲੈ ਕੇ ਯਾਰ ਦੇਸੀ ਪਾਰਲੇਜੀ ਆਪਾਂ ਵੀ ਆਪਦੇ ਘਰ ਦੇ ਵਿੱਚ ਬਣਾ ਲਈ ਆਪਾਂ ਹੀ ਬਣਾਈਏ ਬਿਸਕੁਟ ਦਾ ਆਈਡੀਆ ਕਿੱਥੋਂ ਆਇਆ ਬਿਸਕੁਟ ਦਾ ਭਾਈ ਉਹੀ ਗੱਲ ਹੈ ਜੇ ਆਪਾਂ ਨਾ ਫਸਲ ਦੇ ਮੈਨੂੰ ਪਿੱਛੇ ਜਾਣਾ ਪਊ ਥੋੜਾ ਫੇਰ ਜਿਵੇਂ ਫਸਲ ਆਪਾਂ ਪੈਦਾ ਕਰ ਲਈ ਉਹਦੀ ਢੇਰੀ ਲਾ ਕੇ ਵੇਚਦੀ ਆਪਾਂ ਨੂੰ ਕੁਝ ਨਹੀਂ ਮੁੱਲ ਮਿਲਦਾ ਹਨਾ ਤੇ ਮੈਂ ਮੇਰਾ ਵੀ ਇਹ 2 ਸਾਲ ਤਕਰੀਬਨ ਡੇਢ ਸਾਲ ਰੁੱਲਦਾ ਰਿਹਾ ਕੋਦਰਾ ਤੇ ਰਾਗੀ ਵਗੈਰਾ ਹਾਂ ਇਹ ਰੁੱਲਦੀ ਰਹੇ ਕਿਉਂ ਮੈਂ ਪੁੱਛਿਆ ਕਰਾਂ ਜਾ ਕੇ ਉਹ ਕੁਝ ਮੁੱਲ ਨਹੀਂ ਲਾਉਂਦਾ ਸੀ ਕੋਈ ਕੱਚੇ ਮਾਲ ਲੱਗੀ ਨਾ ਮੁੱਲ ਲਾਉਣਾ ਬਾਈ ਤੇ ਫਿਰ ਮੇਰੇ ਆਈਡੀਆ ਆਇਆ ਸਾਡੇ ਇੱਕ ਮਤਲਬ ਬਾਗਵਾਨੀ ਆਫੀਸਰ ਵਿਪੇਸ਼ ਜੀ ਸੀਗੇ ਉਹਨਾਂ ਨੇ ਵੀ ਮਤਲਬ ਆਈਡੀਆ ਦਿੱਤਾ ਮੈਨੂੰ ਮੇਰੇ ਦਿਮਾਗ 'ਚ ਆਇਆ ਵੀ ਕਿਉਂ ਨੇ ਤੂੰ ਆਪਾਂ ਕੋਈ ਪ੍ਰੋਡਕਟ ਬਣਾਈਏ ਪ੍ਰੋਡਕਟ ਵੀ ਮਤਲਬ ਕੋਈ ਵਧੀਆ ਬਣਾਈਏ ਅਲੱਗ ਜਾ ਫਿਰ ਦਿਮਾਗ ਸਾਡੇ ਆਇਆ ਵੀ ਕਿਉਂ ਨਾ ਬਿਸਕੁਟ ਬਣਾਈ ਜਾਣਾ ਤੇ ਬਈ ਉਹ ਬਿਸਕੁਟ ਬਣਾਏ ਤੇ ਹੁਣ ਤੁਸੀਂ ਅੱਗੇ ਫਿਰ ਸਾਰਾ ਦੇਖ ਹੀ ਲਿਆ ਵੀ ਬਿਸਕੁਟਾਂ ਦਾ ਤਕਰੀਬਨ ਆਪਣਾ ਮੈਂ ਕਹਿੰਦਾ ਪੰਜਾਬ ਦੇ ਹਰੇਕ ਕੋਨੇ 'ਚ ਪਹੁੰਚ ਗਏ ਬਿਸਕਟ ਆਪਣੇ ਪੰਜਾਬ ਦੇ ਤਾਂ ਪਹੁੰਚੇ ਤੁਸੀਂ ਗੱਲ ਕਰ ਰਹੇ ਸੀ ਕਿੰਨੀਆਂ ਵਿਦੇਸ਼ਾਂ ਦੇ ਵਿੱਚ ਕਿੰਨੇ ਕੰਟਰੀਆਂ 'ਚ ਪਹੁੰਚ ਗਏ ਹਾਂ ਬਈ 6 ਕੰਟਰੀਆਂ 'ਚ ਪਹੁੰਚ ਗਏ ਆਪਣੇ ਤੇ ਬਾਕੀ ਜਿਵੇਂ ਕਰਨਾਟਕ ਤੇ ਇਧਰ ਹਰਿਆਣਾ ਗਵਾਂਧੀ ਰਾਜਸਥਾਨ ਤਿੰਨ ਚਾਰ ਸਟੇਟਾਂ ਜੀ ਵੀ ਬਾਕੀ ਹਿੰਦੁਸਤਾਨ ਦਾ ਕਵਰ ਕਰ ਲਿਆ ਹਾਂ ਹਾਂ ਬਈ ਕਿਹੜੇ ਕਿਹੜੇ ਵਿਦੇਸ਼ਾਂ 'ਚ ਚੱਲ ਗਏ ਤੇ ਆਪਣੇ ਕੈਨੇਡਾ ਬਈ ਯੂ ਐਸ ਏ ਯੂ ਕੇ ਤੇ ਆਸਟ੍ਰੇਲੀਆ ਸਪੇਨ ਇਟਲੀ अच्छा इनने हां इनने ਚ ਪਹੁੰਚ ਚੁੱਕੇ ਨੇ ਬਈ ਹੁਣ ਪਹੁੰਚ ਵੀ ਰਹੇ ਨੇਗੇ ਪਹਿਲਾਂ ਵੀ ਤਕਰੀਬਨ ਤੀਜੀ ਵਾਰ ਮੈਂ ਮਤਲਬ ਭੇਜੇ ਨੇ ਹੁਣ ਕੱਲ ਭੇਜੇ ਨੇਗੇ ਦੋ ਵਾਰੀ ਪਹਿਲਾਂ ਪਹੁੰਚੀ ਤੀਜੀ ਵਾਰ ਮੈਂ ਕੱਲ ਭੇਜੇ ਨੇਗੇ ਅੱਛਾ ਜਦੋਂ ਉਹ 2 ਸਾਲ ਦਾ ਦੌਰ ਸੀ ਜਿਹੜੇ 2 ਸਾਲ ਦੇ ਵਿੱਚ ਤੁਸੀਂ ਕਹਿੰਦੇ ਥੋਡੇ ਮੂਲਨਾਜ ਰੁੱਲਦੇ ਰਹੇ ਆ ਉਦੋਂ ਨਹੀਂ ਕਦੇ ਦਿਮਾਗ ਦੇ ਵਿੱਚ ਆਏ ਵੀ ਗੁਰਵਿੰਦਰ ਸਿੰਘ ਆ ਪੰਗਾ ਗਲਤ ਲੈ ਲੈ ਯਾਰ ਪਹਿਲਾਂ ਵਾਲਾ ਕੰਮ ਕਰ ਲੈ ਜਿਹੜੇ ਬਜ਼ੁਰਗ ਕਰਦੇ ਨੇ ਹੁਣ ਕਿਹਨੇ ਪੁੱਛਣਾ ਇਹਨੂੰ ਹਾਂ ਬਈ ਆਇਆ ਸੀ ਦਿਮਾਗ 'ਚ ਵੀਰ ਛੱਡ ਦੋ ਇਹ ਆਪਾਂ ਨਾ ਫੇਰ ਪਿੱਛੇ ਵੱਲ ਦੇਖ ਲੈਂਦੇ ਸੀ ਵੀ ਯਾਰ ਹ ਤੇ ਫਿਰ ਮੈਂ ਇੱਕ ਤਰ੍ਹਾਂ ਦੀ ਜਿਵੇਂ ਕਹਿੰਦੇ ਜੱਟ ਵਾਲੀ ਹੰਡੀ ਮਤਲਬ ਕਰ ਲਈ ਆਪਾਂ ਨੇ ਵੀ ਕੁਝ ਨਾ ਕੁਝ ਕਰਨਾ ਹੈ ਜੇ ਆਪਣੇ ਹਾਂ ਬਸ ਉਹ ਹਿੰਡ ਕਰ ਕੀ ਬਸ ਇੱਥੇ ਤੱਕ ਪਹੁੰਚੇ ਆਂ ਬਾਈ ਕਿਆ ਬਾਤ ਹੈ ਅੱਛਾ ਹੁਣ ਜਿਹੜੇ ਬਿਸਕਟ ਤਿਆਰ ਕਰਦੇ ਆ ਉਹ ਕਿਸ ਤਰ੍ਹਾਂ ਦੇ ਨਾਲ ਆ ਕਿਹੜੇ ਕਿਹੜੇ ਚੀਜ਼ਾਂ ਉਹਦੇ ਵਿੱਚ ਪੈਂਦੀਆਂ ਨੇ ਕਿਸ ਤਰ੍ਹਾਂ ਦੇ ਨਾਲ ਤਿਆਰ ਕਰਦੇ ਆ ਉਹ ਦੱਸੋ ਹਾਂ ਬਾਈ ਇਹ ਜ਼ਰੂਰੀ ਹੈ ਇਹ ਰਾਗੀ ਤੇ ਕੋਧਰੇ ਦਾ ਆਟਾ ਹੈ ਬਾਈ ਜੀ ਤੇ ਦੇਸੀ ਘਿਓ ਤੇ ਸ਼ੱਕਰ 'ਚ ਤਿਆਰ ਨੇ ਇਹ ਹਾਂ ਬਿਸਕਟ ਹਾਂ ਉਹ ਸਾਰੇ ਆਪਾਂ ਕਣਕੇ 'ਚੋਂ ਬਾਹਰ ਰੱਖੀ ਐ ਡਾਲਡਾ ਬਾਹਰ ਰੱਖੇਗਾ ਤੇ ਖੰਡ ਬਾਹਰ ਰੱਖੀ ਜਿਹੜੇ ਤਿੰਨੇ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਹੁਣ ਇਹ ਗਣਦੇ ਆ ਵੀ ਨਹੀਂ ਚੰਗੇ ਆਪਣੇ ਸਰੀਰ ਵਾਸਤੇ अच्छा ਇਹਦੇ ਵਿੱਚ ਇਹ ਰੈਸਪੀ ਤੁਹਾਡੀ ਆਪਣੀਆਂ ਜਾਂ ਰੈਸਪੀ ਵੀ ਕਿਤੇ ਆਸੇ ਪਾਸਿਓਂ ਲਈ ਵੀ ਕਿਸ ਤਰ੍ਹਾਂ ਦੇ ਨਾਲ ਬਣਨਾ ਚਾਹੀਦਾ ਕਿਵੇਂ ਬਣਨਾ ਚਾਹੀਦਾ ਨਹੀਂ ਰੈਸਪੀ ਭਾਈ ਮੇਰੀ ਹੈ ਇਹ ਵੀ ਕਿੰਨਾ ਵਿੱਚ ਮਤਲਬ ਇਹ ਜਨਾ ਥੋੜੀ ਮਾਤਰਾ ਰੱਖਣੀ ਪੈਂਦੀ ਵੀ ਰਾਗੀ ਕਿੰਨੀ ਪਾਉਣੀ ਹੈ ਕੋਧਰਾ ਕਿੰਨਾ ਪਾਉਣਾ ਹੈ ਤੇ ਉਹ ਮੇਰੀ ਰੈਸਪੀ ਆਉਦੀ ਹੈਗੀ ਹੂੰ ਅੱਛਾ ਇਹ ਇਹ ਕਿੱਥੋਂ ਸਿੱਖਿਆ ਸੀ ਬਈ ਇਹ ਵੀ ਕਿਤੋਂ ਸਿੱਖਿਆ ਸੀ ਤੁਸੀਂ ਬਸ ਬਈ ਸਿੱਖਿਆ ਇਹ ਅਸਲ ਜਿਵੇਂ ਮੈਂ ਆਪਦੇ ਦੀ ਹੌਲੀ ਹੌਲੀ ਜਿਵੇਂ 1.5 ਸਾਲ ਚ ਆਪਦੇ ਤੋਂ ਸਿੱਖਿਆ ਪਹਿਲਾਂ ਮਤਲਬ ਖਰਾਬ ਵੀ ਬਹੁਤ ਹੋਏ ਨੇ ਇਹ ਚ ਹਾਂ ਫਿਰ ਉਹ ਵੀ ਹੁਣ ਕੋਦਰਾ ਇੰਨਾ ਪਾਉਣਾ ਹੈ ਰਾਗੀ ਇਹ ਚ ਇੰਨੀ ਪਾਉਣੀ ਹੈ ਉਹ ਮਤਲਬ ਜਿਹੜਾ ਰੈਸਪੀ ਸੀ ਮੈਂ ਜ਼ਿਆਦਾ ਮਤਲਬ ਹੁਣ ਸਹੀ ਟਿਕਾਣੇ ਦੇ ਪਹੁੰਚਿਆ ਮੈਂ ਪਹਿਲਾਂ ਰੈਸਪੀ ਸੀ ਮਤਲਬ ਮੈਂ ਖਾਦਿਆ ਨਾ ਮਾਰਾ ਬਹੁਤ ਓਕੇ ਹਾਂ ਅੱਛਾ ਇੱਕ ਚੀਜ਼ ਹੋਰ ਦੱਸਿਓ ਜਦੋਂ ਇਹ ਚੀਜ਼ਾਂ ਕਰਨ ਲੱਗ ਜੇ ਜਦੋਂ ਸਾਡੇ ਕਿਸਾਨ ਦਾ ਪੁੱਤ ਜੱ ਲਗ ਦਿਨ ਲਗ ਚੀਜ਼ਾਂ ਕਰਨ ਲੱਗ ਜਿਉਂ ਕਿ ਹੁਣ ਤੱਕ ਜਿਵੇਂ ਮੈਂ ਕਿਹਾ ਵੀ ਕਿਸਾਨਾਂ ਆਪਦੀਆਂ ਟਰਾਲੀਆਂ ਭਰਦੇ ਨੇ ਤੇ ਜਾ ਕੇ ਮੰਡੀਆਂ ਦੇ ਵਿੱਚ ਢੇਰੀ ਕਰ ਆਉਂਦੇ ਨੇ ਕਹਿੰਦੇ ਆ ਭਾਈ ਅਸੀਂ ਵੇਚਦੇ ਅਸਲ ਦੇ ਵਿੱਚੋਂ ਸੁੱਟ ਕੇ ਆਉਂਦੇ ਹੁੰਦੇ ਨੇ ਹਨਾ ਹੁਣ ਰਿਸ਼ਤੇਦਾਰਾਂ ਵੱਲੋਂ ਕੋਈ ਐਦਾਂ ਦਾ ਕਿ ਯਾਰ ਇਹ ਕਿਹੜੇ ਕੰਮਾਂ 'ਚ ਪੈ ਗਿਆ ਹੁਣ ਬਿਸਕੁਟ ਬਸਕਟ ਜੇ ਵੇਚਣ ਲੱਗ ਗਿਆ ਜਾਂ ਪਿੰਡ ਵਾਲੇ ਕਹਿੰਦੇ ਨੇ ਵੀ ਆਹ ਕਿਹੜੇ ਕੰਮਾਂ 'ਚ ਭਾਈ ਹੁਣ ਬਿਸਕੁਟ ਵੇਚਣ ਲੱਗ ਗਿਆ ਗੁਰਵਿੰਦਰ ਤਾਂ ਹੈ ਨਹੀਂ ਉਹ ਤਾਂ ਭਾਈ 3 ਸਾਲ ਪਹਿਲਾਂ ਖਰ ਜਦੋਂ ਮੈਂ ਮਤਲਬ ਚਲਾਇਆ ਸੀ ਨਾ ਇਹ ਕਿ ਸਾਡੇ ਪਿੰਡ 'ਚ ਮੈਂ ਇੱਕ ਮੁੰਡਾ ਹੋਰ ਆ ਸੁਖ ਤੁਰੇ ਜਾਂਦੇ ਨੇ ਮਤਲਬ ਥੋੜਾ ਜਿਆ ਹੁੰਦਾ ਹੀ ਹੈ ਬਾਈ ਵੀ ਇਹ ਨਵਾਂ ਅਲੱਗ ਜਿਹਾ ਕਿਵੇਂ ਹੈਣਾ ਵੀ ਵੇਟ ਐਂਡ ਬਾਅਦ ਚ ਜਿਵੇਂ ਉਹ ਹੁੰਦਾ ਹੈ ਨਾ ਵੀ ਵੀ ਦੇਖਦੇ ਆ ਵੀ ਕੀ ਕਰਦਾ ਹੈ ਨਾ ਹੁਣ ਸਾਰੇ ਆਪਣੇ ਨਾਲ ਨੇ ਕੋਈ ਇਹੀ ਜੀ ਗੱਲ ਨਹੀਂ ਸਾਰੇ ਵਧੀਆ ਸਪੋਰਟ ਕਰਦੇ ਨੇ ਬਹੁਤ ਵਧੀਆ ਮਤਲਬ ਗਿਣਦੇ ਨੇ ਵੀ ਚੰਗਾ ਕੰਮ ਕੀਤਾ ਹੈਗਾ ਅੱਛਾ ਇੱਕ ਗੱਲ ਹੋਰ ਦੱਸੋ ਬਾਈ ਇਹ ਤੁਸੀਂ ਸਾਨੂੰ ਨਮਕੀਨ ਵੀ ਟੇਸਟ ਕਰਾਏ ਮਿੱਠਿਆਂ ਦੇ ਵਿੱਚ ਸ਼ੱਕਰ ਪਾ ਲੈਣ ਨਮਕੀਨ ਦੇ ਵਿੱਚ ਨਮਕੀਨ ਚ ਬਾਈ ਜੀ ਸ਼ੱਕਰ ਹੈਗੀ ਪਰ ਬਹੁਤ ਘੱਟ ਮਾਤਰਾ ਜੈਗੀ ਹੂੰ ਮਤਲਬ ਸ਼ੱਕਰ ਥੋੜੀ ਹੈ ਜਮਾ ਤੇ ਜਿਵੇਂ ਹੁਣ ਖੰਡ ਦਾ 슈ਗਰ ਵਾਲੇ ਨੂੰ ਨੁਕਸਾਨ ਹੈਗਾ ਸ਼ੱਕਰ ਤਕਰੀਬਨ ਖਾਈ ਲੈਂਦੇ ਨੇ ਥੋੜੀ ਮਾਤਰਾ ਚ ਪਾਈ ਹੋਈ ਹੈ ਜੀ ਜ਼ਿਆਦਾ ਨਹੀਂ ਜੀ اچھا ਇੱਕ ਗੱਲ ਹੋਰ ਦੱਸੋ ਚਲੋ ਠੀਕ ਆ ਰਾਗੀ ਕੋਧਰਾ ਤੁਹਾਡੇ ਆਪ ਆਰਗੈਨਿਕ ਤਰੀਕੇ ਦੇ ਨਾਲ ਤਿਆਰ ਹੋ ਗਈ ਉਹਦੇ ਵਿੱਚ ਜਿਹੜੀ ਸ਼ੱਕਰ ਪਾਉਣੇ ਹੋ ਜਿਹੜਾ ਘਿਓ ਪਾਉਣੇ ਹੋ ਉਹ ਵੀ ਤੁਹਾਡੇ ਖੇਤਾਂ ਦੇ ਵਿੱਚੋਂ ਹੀ ਜਾਂਦਾ ਜਾਂ ਘਿਓ ਜਿਹੜਾ ਹੈਗਾ ਉਹ ਤੁਹਾਡੀਆਂ ਤੁਹਾਡੇ ਪਸ਼ੂਆਂ ਤੋਂ ਹੀ ਆਉਂਦਾਗਾ ਇਹ ਇਸ ਚੀਜ਼ ਦੀ ਵੀ ਗਾਰੰਟੀ ਹੁੰਦੀ ਹੈ ਕਿ ਇਹ ਵੀ ਆਰਗੈਨਿਕ ਇਹ ਵੀ ਸਹੀ ਆ ਹਾਂ ਬਈ ਇਹ ਵੀ ਜ਼ਰੂਰੀ ਹੈ ਥੋੜੀ ਵਧੀਆ ਸਵਾਲ ਪੁੱਛਿਆ ਤੁਸੀਂ ਨੇ ਅਸਲ ਚਨਾ ਹੈ ਜਿਹੜਾ ਇਹ ਆਰਗੈਨਿਕ ਜੇ ਆਪਾਂ ਕੋਈ ਕੰਮ ਇਨ ਨਾਲ ਕੰਮ ਚੱਲਦਾ ਹੈਗਾ ਕਿਉਂਕਿ ਉੱਥੇ ਭਰਾ ਹੋਰ ਵੀ ਮਤਲਬ ਆਰਗੈਨਿਕ ਤਰੀਕੇ ਨਾਲ ਕੁਦਰਤੀ ਤਰੀਕੇ ਨਾਲ ਖੇਤੀਬਾੜੀ ਕਰਦੇ ਨੇ ਹਣਾ ਹੁਣ ਮੈਂ ਸਾਰਾ ਕੁਝ ਨਹੀਂ ਕਰ ਸਕਦਾ ਮੰਨ ਲਓ ਮੈਂ 50 ਮਤਲਬ ਮੱਜਾ ਦਾ ਕਿੱਥੋਂ ਇੰਤਜ਼ਾਮ ਕਰੂੰ ਫਿਰ ਮੈਨੂੰ ਘਿਓ ਵੀ ਚਾਹੀਦਾ ਹੈ ਨਾ ਤੇ ਗੰਨੇ ਦਾ ਚਲੋ ਮੇਰੇ ਕੋਲ ਹੁਣ ਤੱਕ ਉਹ ਸਰੀ ਗਿਆ ਹੁਣ ਮੈਨੂੰ ਸ਼ੱਕਰ ਦਾ ਵੀ ਮਤਲਬ ਅਰੇਂਜ ਕਰਨਾ ਪੈ ਰਿਹਾ ਬਾਹਰੋਂ ਉਹ ਫਿਰ ਸਾਡੀ ਚੈਨ ਹੈ ਇੱਕ ਜਿਵੇਂ ਚੈਨ ਜਿਵੇਂ ਆਰਗੈਨਿਕ ਗਰੁੱਪਾਂ 'ਚ ਉੱਥੇ ਕਿਹਾ ਜਾਂਦਾ ਵੀ ਮੈਨੂੰ ਵੀ ਸ਼ੱਕਰ ਦੀ ਲੋੜ ਹੈ ਮੈਨੂੰ ਦੇਸੀ ਘਿਓ ਦੀ ਲੋੜ ਹੈ ਉਹ ਘਰਾਂ 'ਚ ਮਤਲਬ ਕੋਸ਼ਿਸ਼ ਕਰਦੇ ਆ ਵੀ ਕਿਉਂ ਤੇ ਚੱਕਰ ਹੂੰ ਅੱਛਾ ਕਿਉਂ ਤੇ ਚੱਕਰ ਬਈ ਜਿੰਨਾ ਕਿ ਤੁਹਾਨੂੰ ਲੱਗਦਾ ਵੀ ਜਿਹੜੀ ਵਾਕਿਆ ਦੇ ਵਿੱਚ ਸਹੀ ਹੈ ਉਹੀ ਖਰੀਦਦੇ ਹੋ ਇਹ ਨਹੀਂ ਹੈਗਾ ਵੀ ਕਿ ਕਿਥੋਂ ਮਰਜ਼ੀ ਕੋਈ ਵੀ ਦੁਕਾਨ ਤੇ ਗਏ ਤੇ ਉਤੋਂ ਖਰੀਦ ਲਈ ਨਹੀਂ ਨਹੀਂ ਬਾਈ ਜੀ ਕੁਆਲਟੀ ਨਾਲ ਸਮਝੌਤਾ ਕਰਨੀ ਨਹੀਂ ਜਦੋਂ ਦੇ ਚੱਲੇ ਹੋਇਆ ਉਦੋਂ ਦੇ ਮੰਨ ਕੇ ਚੱਲੇ ਹੋਇਆਗੇ ਵੀ ਕੁਆਲਟੀ ਨਾਲ ਸਮਝੌਤਾ ਨਹੀਂ ਕਰਨਾ ਹੈਗਾ ਜੈਨੂਨ ਕੰਮ ਕਰਨੇ ਬਸ ਹੂੰ ਅੱਛਾ ਫਿਰ ਇਹ ਜਿਹੜਾ ਬ੍ਰਾਂਡ ਆ ਤੁਹਾਡਾ ਪਿੰਡ ਬੀ ਇਹ ਕਿਵੇਂ ਸੋਚਿਆ ਬਈ ਯਾਰ ਆਹ ਬ੍ਰਾਂਡ ਦੇ ਅਧੀਨ ਜਿਹੜਾ ਜਿਹੜਾ ਸਾਡਾ ਗੁਰਵਿੰਦਰਾ ਤੇਰਾ ਬਿਸਕਟ ਜਾਊਗਾ ਤੇ ਇਸ ਬ੍ਰਾਂਡ ਦੇ ਅਧੀਨ ਹੀ ਵਿਦੇਸ਼ਾਂ ਜਾਊਗਾ ਬਾਈ ਜੀ ਮੈਨੂੰ ਥੋੜਾ ਪਿੰਡ ਨਾਲ ਆ ਹੈਗਾ ਲਗਾ ਹਨਾ ਮੈਨੂੰ ਇਹੀ ਸੀਗਾ ਵੀ ਪਹਿਲਾਂ ਮੈਂ ਆਇਆ ਵੀ ਆਪਦੇ ਨਾਮ ਤੇ ਜਾਂ ਬੱਚਾ ਇਨਾਮ ਦੇ ਫਿਰ ਮੈਨੂੰ ਲੱਗਿਆ ਵੀ ਆਪਾਂ ਪਿੰਡ ਦੇ ਨਾਮ ਤੇ ਕਰੀ ਵੀ ਪਿੰਡ ਦਾ ਨਾਮ ਵੀ ਚਮਕੇ ਹਨਾ ਤੇ ਪਿੰਡ ਵਾਲਾ ਨੂੰ ਮੈਨੂੰ ਆਇਆ ਲੱਗੇ ਯਾਰ ਵੀ ਹਾਂ ਆਪਣੇ ਪਿੰਡ ਦੇ ਨਾ ਮਤਲਬ ਆਪਣੇ ਪਿੰਡ ਦਾ ਨਾਮ ਚੱਕਿਆ ਹੈ ਹਨਾ ਤੇ ਪਿੰਡ ਵੀ ਤਾਂ ਕਰਕੇ ਪਿੰਡ ਵੀਰ ਹੋ ਗਏ ਉਹ ਦੇ ਨਾਮ ਤੇ ਮਤਲਬ ਤਾਂ ਹੀ ਰੱਖਿਆ ਗਿਆ ਹੈ ਉਹ ਚੀਜ਼ ਤਾਂ ਹਾਂ ਬਈ ਅੱਛਾ ਇਹ ਗੱਲ ਮੈਨੂੰ ਹੋਰ ਦੱਸਿਓ ਹੁਣ ਜਦੋਂ ਕੋਈ ਐਦਾਂ ਦੀਆਂ ਚੀਜ਼ਾਂ ਅਸੀਂ ਕਰਦੇ ਆ ਤਾਂ ਕੁੱਲ ਮਿਲਾ ਕੇ ਗੱਲ ਜਿਹੜੀ ਸਾਰੀ ਆ ਗਈ ਆ ਆਉਂਦੀ ਆ ਉਹ ਆ ਕੇ ਬਾਈ ਪੈਸੇ ਤੇ ਖ ਕਿ ਜਿਵੇਂ ਆਪਾਂ ਕਹਿਣੇ ਆ ਕਿ ਯਾਰ ਜੇਕਰ ਕਿੱਲੇ ਦੇ ਵਿੱਚੋਂ ਇੰਨਾ ਸਾਡੇ ਝੋਨਾ ਹੋ ਗਿਆ ਜਾਂ ਇੰਨੀ ਕਣਕ ਹੋ ਗਈ ਤਾਂ ਇੰਨੇ ਦੀ ਪੱਕੀ ਅੱਗੇ ਅਸੀਂ ਆ ਕਰਾਂਗੇ ਹੁਣ ਕੁੱਲਮ ਲਾ ਕੇ ਗੱਲ ਆਮਦਨ ਦੀ ਕਰ ਲੈਣੇ ਆ ਜੇਕਰ ਬੰਦਾ ਸਿੱਧੀ ਫਸਲ ਵੇਚ ਕੇ ਆਉਂਦਾ ਆ ਤੇ ਪ੍ਰੋਡਕਸ਼ਨ ਕਰਕੇ ਆਪਦੇ ਘਰ ਦੇ ਵਿੱਚੋਂ ਕੱਢਦਾ ਆ ਆਮਦਨ ਦਾ ਵਟਾ ਕਿੰਨਾ ਕ ਇਹ ਗੱਲ ਆ ਇਹ ਹੈ ਬਈ ਜੇ ਹੁਣ ਨਾ ਇਹ ਘਰ ਘਰ ਗਈ ਸਾਰੇ ਜਿਹੜੇ ਪੰਜਾਬ ਦੇ ਆਪਣੇ ਕਿਸਾਨ ਨੇ ਨਾ ਕੁਦਰਤੀ ਹੈ ਹੋਣੀ ਹੈ ਹਨਾ ਕਿਉਂ ਜੀਰੀ ਸਭ ਤੋਂ ਟਾਪ ਤੇ ਹੈ 70 ਤੋਂ 80000 ਦੇ ਵਿੱਚ ਨਿਕਲ ਜਾਂਦੀ ਹੈ ਠੀਕ ਹੈ ਹੁਣ ਜਿਹੜਾ ਮੈਨੂੰ ਪੁੱਛਦਾ ਵੀ ਬਾਈ ਇਹ ਜਿਹੜੇ ਅਨਾਜ ਨੇ ਹਨਾ ਵੀ ਅਸੀਂ ਬੀਜਣਾ ਚਾਹੁੰਦੇ ਆ ਬੀਜ ਲੋ ਹਣਾ ਮੈਂ ਹਰੇਕ ਮਤਲਬ ਹਰੇਕ ਨੂੰ ਸਹਿਤ ਆਪਾਂ ਮਤਲਬ ਦੱਸ ਕੇ ਰਾਜ਼ੀਆਂ ਵੀ ਜਿਵੇਂ ਮਰਜੀ ਮੈਨੂੰ ਪੁੱਛਣਾ ਦਾ ਪੁੱਛੋ ਤੇ ਉੱਥੇ ਕੀ ਹੁੰਦੀ ਹੈ ਉੱਥੇ ਕੀ ਪੈਂਦਾ ਹੈਗਾ ਵੀ ਇਹ ਇਹ ਬਾਈ ਜੀਰੀ ਤੋਂ ਉੱਪਰ ਜਾਂਦੀ ਹੈ ਜਾਂ ਬਰੋਬਰ ਖੜਦੀ ਹੈ ਤੇ ਇੱਥੇ ਪੰਗਾ ਪੈਂਦਾ ਬਾਈ ਜੇ ਆਪਾਂ ਮਤਲਬ ਇਹ ਸਿੱਧਾ ਬੀਜ ਕੇ ਸਿੱਧਾ ਐਂ ਵੇਚਣਾ ਹੈ ਫਿਰ ਤਾਂ ਜੀਰੀ ਤੋਂ ਥੱਲੇ ਆ ਬਾਈ ਇਹ ਸਪਸ਼ਟ ਹੈ ਹਣਾ ਐਵੇਂ ਆਪਾਂ ਲੋਕਾਂ ਨੂੰ ਮਤਲਬ ਗਲਤ ਗਾਈਡ ਕਰੀਏ ਜੀ ਉਹ ਆਪਾਂ ਹੈ ਨਹੀਂਗੇ ਹਣਾ ਇਹ ਜੇ ਇਹ ਤੋਂ ਅੱਗੇ ਤੁਸੀਂ ਪ੍ਰੋਡਕਟ ਬਣਾ ਕੇ ਵੇਚਣਾ ਹੈ ਫਿਰ ਇਹਦੇ ਵਰਗੀ ਚੀਜ਼ ਨਹੀਂ ਕੋਈ ਫਿਰ ਜੀਰੀ ਵਗੈਰਾ ਨਾਲ ਥਲੇ ਡੇਕਦੀ ਆ ਇਹ ਫਿਰ ਜੀਰੀ ਵਗੈਰਾ ਨਾਲ ਚੜਦੀ ਆ ਅੱਛਾ ਹੁਣ ਤੁਸੀਂ ਕਿਸ ਹਿਸਾਬ ਦੇ ਨਾਲ ਮਤਲਬ ਕਿਸ ਹਿਸਾਬ ਦੇ ਨਾਲ ਵੇਚਦੇ ਹੋ ਕਿਵੇਂ ਕਰਦੇ ਹੋ ਜੇਕਰ ਮੈਂ ਕਿੱਲੇ ਕਿੱਲੇ ਦੀ ਗੱਲ ਕਰ ਲਵਾਂ ਕਿੰਨਾ ਕੜ ਕਿੰਨਾ ਕਿੱਲਾ ਕਿੱਲਾ ਕਿੰਨਾ ਕ ਮਨਾਫਾ ਦੇ ਜਾਂਦਾ ਜੀਰੀ ਦੀ ਗੱਲ ਕਰਾਂ ਵੀ ਜੀਰੀ ਦੂਜਿਆਂ ਨਾਲ ਵੱਧ ਕਿੰਨਾ ਕ ਮਨਾਫਾ ਦੇ ਜਾਂਦਾ ਜੀਰੀ ਬਾਈ ਜੀ ਜਿਵੇਂ ਹੁਣ ਆਇਆ ਨਾ ਜਿਹੜੇ ਇਹ ਬਿਸਕੁਟ ਨੇਗੇ ਹਨਾ ਅੱਗੇ ਆਪਾਂ ਬਿਸਕੁਟ ਤਿਆਰ ਕੀਤੇ ਨੇਗੇ ਤਕਰੀਬਨ ਮੈਂ ਹੁਣ ਵੈਸੇ ਹਿਸਾਬ ਤਾਬ ਲਾਉਣਾ ਪਰ ਮੈਨੂੰ ਪਤਾ ਲੱਗ ਹੀ ਜਾਂਦਾ ਵੀ ਜੀਰੀ ਨੂੰ ਡੇਡਾ ਹੈ अच्छा 2.5 ਗੁਣਾ ਹਾਂ 2.5 ਗੁਣਾ ਕੱਟ ਨਹੀਂਗਾ ਤੂੰ ਹੂੰ ਉਹ ਉਦੋਂ ਵਧੇਰੇ ਹਾਂ ਵਧੇਰੇ ਬਈ ਉਹ ਚ ਪਤਾ ਹੈ ਕੀ ਆ ਤੁਹਾਡੇ ਕਾਬਰ ਹੋਣੇ ਨਾ ਉਹ ਸੋਣ ਨੂੰ ਸ਼ੱਕਰ ਦੇ ਵੀ ਤੁਹਾਨੂੰ ਵਧੀਆ ਮੁੱਲ ਮਿਲ ਜਾਣਾ ਠੀਕ ਹੈ ਘਿਓ ਦਾ ਵੀ ਵਧੀਆ ਮੁੱਲ ਮਿਲ ਜਾਣਾ ਠੀਕ ਹੈ ਤੇ ਅਨਾਜਾਂ ਦਾ ਵੀ ਵਧੀਆ ਮੁੱਲ ਮਿਲ ਜਾਣਾ ਹੈ अच्छा भाई ਹੁਣ ਤੁਹਾਨੂੰ ਜੇਕਰ ਮੈਂ ਬਿਸਕੁਟਾਂ ਦੀ ਗੱਲ ਕਰਾਂ ਤਾਂ ਇਸ ਫੀਲਡ ਦੇ ਵਿੱਚ ਕਿੰਨਾ ਕਿੰਨਾ ਟਾਈਮ ਹੋਇਆ ਇਹਨੂੰ ਹਾਲਾਂਕਿ 3 ਸਾਲ ਪਹਿਲਾਂ ਆਰਗੈਨਿਕ ਤੁਸੀਂ ਸ਼ੁਰੂ ਕਰਤੀ ਸੀ ਇਹ ਬਿਸਕੁਟਾਂ ਵਾਲੇ ਵੀ 2 ਸਾਲ ਤੱਕੇ ਵੀ ਖਾਂਦੇ ਰਹੇ ਹਨਾ ਤਾਂ ਫਿਰ ਬਿਸਕੁਟਾਂ ਵਾਲੇ ਪਾਸੇ ਕਿੰਨਾ ਸਮਾਂ ਹੋ ਗਿਆ ਬਿਸਕੁਟਾਂ ਵਾਲੇ ਮੈਂ ਪਿਛਲੇ ਨਵੰਬਰ ਤੋਂ ਛੇੜਿਆ ਸੀ ਬਾਈ ਜੀ ਨਵੰਬਰ ਤੋਂ ਵੀ ਫਿਰ ਮੈਂ ਕੀ ਕੀਤਾ ਹੁਣ ਘਰੇ ਤਾਂ ਕੋਈ ਵੀ ਬਾਈ ਇਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਆਪਣੇ ਜਿਹੜੇ ਜੱਟਾਂ ਦੇ ਪੁੱਤ ਨੇ ਹਨਾ ਕਿਸਾਨ ਨੇਗੇ ਸਾਰਾ ਇਹ ਦਿਮਾਗ ਚ ਕੱਢਣੀ ਪਊ ਵੀ ਆਪਣਾ ਕਰਮਵਾ ਕੇ ਕੋਈ ਚੀਜ਼ ਲੈ ਜਾਊਗਾ ਇਹ ਦਿਮਾਗ ਚ ਕੱਢਣੇ ਪੈਣਗੇ ਗੱਲਾਂ ਮੈਂ ਕੀ ਕੀਤਾ ਨਵੰਬਰ ਚ ਤਿਆਰ ਕੀਤੇ ਇਹ ਨਾਲ ਮੈਂ ਅਨਾਜ ਸੀ ਜਿਹੜੇ ਉਹ ਪੈਕਟਾਂ ਚ ਮਤਲਬ ਪੈਕ ਕੀਤੇ ਹਨ ਮੈਂ ਹਰੇਕ ਮੇਲੇ ਪਤਾ ਕੀਤੇ ਖੇਤੀਬਾੜੀ ਮੇਲੇ ਕਿੱਥੇ ਲੱਗਦੇ ਨੇ ਹਨਾ ਖੇਤੀਬਾੜੀ ਮੇਲਿਆਂ ਤੇ ਜਾ ਕੇ ਮੈਂ ਸਟਾਲ ਲਾਈਆਂ ਨੇ ਕਿ ਸੱਭੇ ਜਗ ਜਿੱਥੇ ਵੀ ਮੇਲੇ ਜਿੱਥੇ ਵੀ ਜ਼ਿਆਦਾ ਐ ਲੱਗਦਾ ਸੀ ਵੀ ਉੱਥੇ ਇਕੱਠ ਹੋਊਗਾ 5-4000 ਬੰਦਾ 10000 ਬੰਦਾ ਆਉਣਾ ਹੈਗਾ ਮੈਂ ਹਰੇਕ ਥਾਂ ਮੇ ਪਹੁੰਚਿਆ ਸਟਾਲ ਲਾਈ ਸਾਰਾ ਸਾਰਾ ਦਿਨ ਮਤਲਬ ਖੜ ਕੇ ਸੇਲ ਕੀਤੀਆਂ ਨੇ ਬਾਈ ਲੋਕਾਂ ਨੂੰ ਦੱਸਿਆ ਇਹਦੇ ਬਾਰੇ ਕਿਉਂ ਸਾਲ ਪਹਿਲਾਂ ਤਕਰੀਬਨ 1.5 ਸਾਲ ਪਹਿਲਾਂ ਜਿਆਦਾ ਇਹਨਾਂ ਨੂੰ ਮਤਲਬ ਲੋਕਾਂ ਨੂੰ ਹੁ ਵੀ ਅਨਾਜ ਆਪਣੇ ਵੀ ਹੁੰਦੇ ਨੇ ਹਾਂ ਵੀ ਅਨਾਜ ਕੀ ਹਾਂ ਕੀ ਚੀਜ਼ ਨੇ ਫਿਰ ਵੀ ਆਪਣੇ ਵੀ ਹੁੰਦੇ ਨੇ ਇਹ ਦੋਨੇ ਗੱਲਾਂ ਹੋ ਗਈਆਂ ਫਿਰ ਉਹਦੇ ਮਤਲਬ ਬਹੁਤ ਜ਼ਿਆਦਾ ਮਤਲਬ ਦੱਸ ਸਮਝਾਉਣਾ ਪੈਂਦਾ ਦੱਸਣਾ ਪੈਂਦਾ ਹੁਣ ਤਕਰੀਬਨ ਤਕਰੀਬਨ ਪਤਾ ਲੱਗ ਹੀ ਗਿਆ ਲੋਕਾਂ ਨੂੰ ਇਹ ਚੀਜ਼ ਦਾ ਹੁਣ ਮੈਨੂੰ ਲੱਗਦਾ ਜਿਹੜੇ ਨੂੰ ਪਤਾ ਲੱਗਦਾ ਜਿਹੜੇ ਕੋਲੇ ਛੋਡੇ ਬਿਸਕਟ ਜਾਂਦੇ ਮੱਲਾ ਮਸ਼ਹੂਰੀ ਆਪੇ ਕਰਦੇ ਤੁਸੀਂ ਉਹ ਦਿਖਾ ਵੀ ਰਹੇ ਸੀ ਹਾਂ ਹਾਂ ਬਾਈ ਜੀ ਮੈਨੂੰ ਇਹ ਮਤਲਬ ਮਾਣ ਹੁੰਦਾ ਇੱਕ ਤਰ੍ਹਾਂ ਦਾ ਹਨਾ ਮੈਨੂੰ ਕਿਸੇ ਨੂੰ ਐ ਨਹੀਂ ਕਹਿਣਾ ਪਿਆ ਵੀ ਬਾਈ ਕਿਵੇਂ ਲੱਗੇ ਬਿਸਕਟ ਤੇ ਲੋਕਾਂ ਨੂੰ ਦੱਸ ਮੈਨੂੰ ਉਹਦੀ ਪਤਾ ਲੱਗਦਾ ਅਗਲੇ ਕੋਲੇ ਬਿਸਕਟ ਪਹੁੰਚ ਜਾਂਦੇ ਨੇ ਉਹ ਪਾ ਦਿੰਦਾ ਅਗਲੀ ਬਾਲ ਤੇ ਪਾ ਲਵੇ ਵੀ ਬਾਈ ਦੇ ਬਿਸਕਟ ਪਹੁੰਚੇ ਬਹੁਤ ਵਧੀਆ ਲੱਗੇ ਮੈਨੂੰ ਇਹ ਵੀ ਗੱਲ ਹੈ ਕਈ ਨੇ ਮਤਲਬ ਮੈਨੂੰ ਦੱਸਦੀ ਵੀ ਨਹੀਂ ਮੈਂ ਕਹਿਣਾ ਵੀ ਹਾਂ ਵੀ ਜੇ ਕਿਤੇ ਲੱਗਦੀ ਹੈ ਘਾਟ ਤਾਂ ਮੈਨੂੰ ਉਹ ਵੀ ਦੱਸੋ ਹਣਾ ਉਹ ਜ਼ਰੂਰੀ ਹੈ ਹਾਂ ਬਿਲਕੁਲ ਜ਼ਰੂਰੀ ਹੈ ਪਰ ਜਦੋਂ ਲੋਕ ਐ ਪ੍ਰਸ਼ੰਸਾ ਕਰਦੇ ਨੇ ਉਦੋਂ ਆਪਦੇ ਆਪ ਨੂੰ ਮਾਣ ਜਾਂਦੇ ਵੀ ਗੁਰਵਿੰਦਰ ਸਿੰਘ ਜਿਹੜੇ ਰਾਹ ਤੇ ਤੁਰਿਆ ਸੀ ਵੀ ਕਿਤੇ ਨਾ ਕਿਤੇ ਸ਼ਾਇਦ ਸਹੀ ਪਾਸੇ ਤੁਰ ਰਹੇ ਹਾਂ ਬਈ ਮਾਣ ਮਾਣ ਹੁੰਦਾ ਹੈਗਾ ਅੱਛਾ ਪਿੰਡ ਬੀ ਦੇ ਅਧੀਨ ਪਿੰਡ ਬੀ ਦੇ ਜਿਹੜੇ ਬੈਨਰ ਦੇ ਅਧੀਨ ਬਈ ਕੀ ਕੀ ਚੀਜ਼ਾਂ ਜਿਹੜੀਆਂ ਤੁਸੀਂ ਅੱਜ ਸੇਲ ਕਰ ਰਹੇ ਹੋ ਪੈਕੇਟਾਂ ਦੇ ਵਿੱਚ ਮਤਲਬ ਪੈਕੇਟਾਂ ਦੇ ਵਿੱਚ ਕਰਕੇ ਕਿਹੜੀਆਂ ਕਿਹੜੀਆਂ ਚੀਜ਼ਾਂ ਅਚਕਲ ਜਾ ਰਹੀਆਂ ਨੇ ਤੁਹਾਡੀਆਂ ਇਹ ਬਾਈਕ ਦਾ ਬਿਸਕੁਟੀ ਹੋਗੇ ਦੋਨੇ ਤਰ੍ਹਾਂ ਦੇ ਨਮਕੀਨ ਵੀ ਹੋਗੇ ਮਿੱਠੇ ਵੀ ਹੋਗੇ ਤੇ ਬਾਕੀ ਅਨਾਜ ਹੋਗੇ ਸਾਰੇ ਜਿਵੇਂ ਕੋਧਰਾ ਕੰਗਣੀਏ ਸਾਰੇ ਆਪਾਂ ਮਤਲਬ ਆਪਦੇ ਬ੍ਰਾਂਡ ਚ ਹੀ ਵੇਚਨੇ ਸਾਰੇ ਬ੍ਰਾਂਡ ਤੋਂ ਬਾਹਰ ਕੁਝ ਨਹੀਂ ਵੇਚਦੇਗੇ ਤੇ ਅੱਗੇ ਜਿਵੇਂ ਹੁਣ ਅੱਗੇ ਹਲਦੀ ਆਉਣੀ ਹੈ ਥੋੜੀ ਹਲਦੀ ਲਾਈ ਹੈ ਹਨਾ ਹਲਦੀ ਸਟਾਰਟ ਕਰਾਂਗੇ ਤੇ ਅੱਗੇ ਗੰਨਾ ਜਿਵੇਂ ਸ਼ੱਕਰ ਵਗੈਰਾ ਤੇ ਉਹ ਸ਼ੱਕਰ ਦਾ ਮੇਰੀ ਚਲੋ ਬਿਸਕੁਟਾਂ ਜੀ ਲੱਗੀ ਜਾਣੀ ਹੈ ਸਾਰੀ ਉਹ ਤੇ ਅੱਗੇ ਹਾਲੀਵੁੱਡ ਜਿਵੇਂ ਕਣਕ ਹੈਗੀ ਕਣਕੀ ਵੀ ਆਪਦੇ ਮਤਲਬ ਆਪਦੇ ਬ੍ਰਾਂਡ ਚ ਹੀ ਵੇਚਣੀ ਆਪਾਂ ਨੇ ਬਿਸਕੁਟੀ ਵੇਚਦੇ ਹਾਂ ਅੱਗੇ ਆਉਣ ਵਾਲਾ ਜਿਹੜਾ ਹੁਣ ਮਤਲਬ ਆਟਾ ਵਗੈਰਾ ਜਿਵੇਂ ਸਰੋਂ ਬਈ ਛੋਲੇ ਹਨਾ ਘੱਟ ਤੋਂ ਘੱਟ 8-10 ਫਾਸਲਾ ਮੈਂ ਮਤਲਬ ਆਪਦੇ ਬ੍ਰਾਂਡ ਦੇ ਨਾਮ ਹੈ ਇੱਥੇ ਵੇਚਣੇ ਆ ਅਗਲੇ ਆਉਣ ਵਾਲੇ ਟਾਈਮ 'ਚ ਅੱਛਾ ਇੱਕ ਚੀਜ਼ ਹੋਰ ਦੱਸਿਓ ਵੀ ਜਿਵੇਂ ਤੁਸੀਂ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਤੁਸੀਂ ਕਹਿੰਦਾ ਸੀ ਕਿ ਯਾਰ ਮੈਂ ਹੁਣ ਪਛਤਾ ਰਿਆਂ ਵੀ ਮੈਂ ਘੱਟ ਐਤ ਕੀ ਮੂਨ ਨਾ ਜਾਂਦੀ ਜਿਹੜੀ ਖੇਤੀ ਆ ਉਹ ਘੱਟ ਕੀਤੀ ਆ ਲੋਕਾਂ ਦੀ ਡਿਮਾਂਡ ਇੰਨੀ ਵੱਧ ਕੇ ਆ ਰਹੀ ਐ ਸੋਚਿਆ ਸੀ ਵੀ ਇੰਨੇ ਟਾਈਮ ਦੇ ਵਿੱਚ ਲੋਕਾਂ ਦੀ ਡਿਮਾਂਡ ਜਿਹੜੀ ਹੈਗੀ ਉੱਪਰ ਪਹੁੰਚ ਜੂ ਬਈ ਕਦੇ ਵੀ ਨਹੀਂ ਸੋਚਿਆ ਸੀ ਮੈਂ ਇਹ ਤੇ ਇਹ ਕੁਦਰਤੀ ਐ ਖਾਰੇ ਜਦੋਂ ਆਪਾਂ ਕੋਈ ਕੁਆਲਿਟੀ ਤਿਆਰ ਕਰਦੇ ਆ ਨਾ ਉਹ ਫਿਰ ਥੋੜੇ ਬਹੁਤ ਬੈਠੇ ਨੇ ਚਾਉਣ ਵਾਲੇ ਵੀ ਉਹ ਕੁਆਲਿਟੀ ਨੂੰ ਚਾਉਣ ਵਾਲੇ ਹਨ ਤੇ ਮੈਂ 5-6 ਕਨਾਲਾਂ ਦੀ ਮਤਲਬ ਸ਼ੁਰੂ ਕੀਤਾ ਹੋਇਆ ਇਹ ਹੁਣ ਵੀ ਮੇਰੇ ਕੋਲ 6 ਮੈਂ ਕਟ ਤੋਂ ਵੜਤਨ ਚਾਰ ਕਿੱਲੇ ਰਾਗੀ ਦੇ ਉੱਤੇ ਕੋਧਰੇ ਦੇ ਬੀਜਣੇ ਸੀ ਡਿਮਾਂਡ ਕਿੰਨੀ ਕਾ ਹੁਣ ਡਿਮਾਂਡ ਬਹੁਤ ਜ਼ਿਆਦਾ ਹੈ ਬਾਈ ਬਹੁਤ ਜ਼ਿਆਦਾ ਡਿਮਾਂਡ ਅੱਛਾ ਇੱਕ ਚੀਜ਼ ਹੋਰ ਆ ਜਿਵੇਂ ਮੈਂ ਕੀਤੀ ਆ ਵੀ ਕਿਸਾਨ ਤੇ ਵਪਾਰੀ ਜੇ ਕਿਸਾਨ ਬਾਈ ਖੁਦ ਵਪਾਰੀ ਬਣੇ ਤੁਹਾਨੂੰ ਨਹੀਂ ਲੱਗਦਾ ਕਿ ਖੇਤੀਬਾੜੀ ਫੇਰੀ ਲਾਹੇਵੰਦ ਧੰਦਾ ਹਾਂ ਬਾਈ ਬਣਨਾ ਪਊ ਢੇਰ ਸਵੇਰ ਕਿਸਾਨ ਨੂੰ ਜ਼ਰੂਰ ਸੋਚਣਾ ਪਊਗਾ ਆਪਦੀ ਫਸਲ ਆਪ ਵੇਚਣੀ ਪਊ ਸਿੱਧੀ ਹੂੰ ਠੀਕ ਹੈ ਤੇ ਇਹ ਤੁਹਾਨੂੰ ਮਤਲਬ ਇਹ ਸਾਹਮਣੇ ਹੀ ਆ ਹੁਣ ਤੇ ਹਰੇਕ ਨੂੰ ਇਹ ਚੀਜ਼ ਬਾਰੇ ਸੋਚਣਾ ਪਊਗਾ ਹੂੰ ਆਪ ਆਪ ਦੇ ਆਪ ਬਣਾਪੂ ਜਿਹੜੇ ਜਿਹੜੇ ਬਿਸਕੁਟ ਆ ਹੁਣ ਇਹ ਤੁਸੀਂ ਕਿਤੋਂ ਬਣਵਾਉਣੇ ਹੋ ਜਿਵੇਂ ਹੁਣ ਰੈਸਪੀ ਚਲੋ ਠੀਕ ਆ ਤੁਹਾਡੀ ਇਹ ਬਣਾਉਣੇ ਹੋ ਜਾਂ ਤੁਸੀਂ ਕੋ ਕੋ ਖੁਦ ਪ੍ਰੋਡਕਟ ਕੋ ਕੋਈ ਏਦਾਂ ਦੇ ਜਿਹੜੀਆਂ ਮਸ਼ੀਨਾਂ ਨੇ ਲਾਈਆਂ ਹੋਈਆਂ ਨੇ ਨਹੀਂ ਮੈਂ ਬਾਈ ਜੀ ਬਣਵਾਉਣਾ ਬਾਹਰੋਂ ਹਾਂ ਤੇ ਅੱਗੇ ਹੁਣ ਡਿਮਾਂਡ ਦੇ ਹਿਸਾਬ ਨਾਲ ਡਿਮਾਂਡ ਮੇਰੀ ਵਧ ਹੀ ਜਾਂਦੀ ਆ ਦਿਨ-ਦਰ-ਦਿਨ ਹਣਾ ਤੇ ਅੱਗੇ ਆਉਣ ਵਾਲੇ ਟਾਈਮ 'ਚ ਜੇ ਕੋਈ ਮੇਰੀ ਅਸਲ 'ਚ ਮਹਿਕਮਿਆਂ ਦੇ ਵੀ ਹੈਗੀ ਆ ਨਾ ਟੈਕ ਵੀ ਮੇਰੀ ਕੋਈ ਮਦਦ ਕਰਨ ਕੋਈ ਮੂਰੇ ਆਵੇ ਹਣਾ ਤੇ ਸਬਸਿਡੀ ਵਗੈਰਾ ਤੇ ਮੈਂ ਮਸ਼ੀਨਾਂ ਵਗੈਰਾ ਮੈਂ ਲਾਉਣਾ ਚਾਹੁੰਨਾ ਜੇ ਕੋਈ ਮੇਰੀ ਮਤਲਬ ਮਹਿਕਮਾ ਵਗੈਰਾ ਕੋਈ ਵੀ ਮਦਦ ਕਰੇ ਮੇਰੀ ਅੱਛਾ ਕੁਦਰਤੀ ਖੇਤੀ ਦੇ ਵਿੱਚ ਫਰੋਂ ਵਾਲੇ ਸਮੇਂ 'ਚ ਹੁਣ ਤੁਸੀਂ ਵਧਾ ਰਹੇ ਹੋ ਜਾਂ ਉਹਨਾਂ ਕੀ ਜ਼ਿੰਮਤ ਰੱਖੀ ਵੇਨ ਦੇ ਵਿੱਚ ਹੀ ਉਹ ਜਿਹਾ ਜੀ ਨਹੀਂ ਵਧ ਹੀ ਜਾਂਦਾ ਬਈ ਜੀ ਹੁਣ ਮੈਂ ਸਾਢੇ 3 ਕਿੱਲਾਂ ਸਿੱਧੇ ਹੀ ਮੈਂ 1 ਕਿੱਲਾ ਹੋ ਉਸ ਤੋਂ ਪਹਿਲਾਂ ਮੇਰੇ ਕੋਲੇ ਡੇਢ ਕਨਾਲ ਸੀ ਫਿਰ ਮੈਂ ਕਿੱਲਾ ਆ ਗਿਆ ਐ ਕਿ ਤੇ ਹੁਣ ਕਿੱਲਾ ਹੋਰ ਵਧਾਉਣਾ ਅੱਗੇ ਇਹ ਮਤਲਬ ਅੱਗੇ ਟਾਈਮ ਅਗਲੇ ਆਉਣ ਵਾਲੇ ਟਾਈਮ 'ਚ ਵਧੇ ਜਾਣਾ ਹੈ ਹੌਲੀ ਹੌਲੀ ਮੇਰਾ ਇਹੀ ਪਲਾਨ ਹੈ ਵੀ ਮੈਂ ਸਾਰਾ ਖੇਤ ਹੀ ਆਪਦਾ ਆਰਗੈਨਿਕ ਹੀਟ ਲੈ ਕੇ ਆਉਣੇਗਾ ਭਾਈ ਜੇ ਮਤਲਬ ਸ਼ਾਇਦ ਕਿਸਾਨ ਨੇ ਬਚਣਾ ਜਾਂ ਕਿਸਾਨੀ ਨੇ ਬਚਣਾ ਤਾਂ ਸਾਨੂੰ ਆਰਗੈਨਿਕ ਹੀਟ ਤਾਉਣੀ ਪੈਣਾ ਇਹ ਗੱਲ ਸਹੀ ਹੈ ਹਾਂ ਭਾਈ ਇਹ ਚ ਇੱਕ ਦਾ ਜ਼ੀਰੋ ਬਾਇਟ ਬਈ ਜਿਹੜਾ ਖਰਚਾ ਹੈ ਨਾ ਜ਼ੀਰੋ ਹੀ ਹੈਗਾ ਹਨਾ ਜਿਹੜੇ ਆਪਾਂ ਕੁਦਰਤੀ ਕਰਦੇ ਆ ਇਹ ਚ ਬਹੁਤ ਘੱਟ ਖਰਚਾ ਹੈਗਾ ਤੁਹਾਨੂੰ ਤੇ ਪੈਸਟੀਸਾਈਡ ਤੇ ਜਿਹੜਾ ਫਰਟੀਲਾਈਜ਼ਰ ਦਾ ਖਰਚੀ ਬਹੁਤ ਉੱਤੇ ਚੱਕ ਕੇ ਲੈ ਜਾਂਦਾ ਹੈਗਾ ਬਾਕੀ ਹਜੇ ਹਲੇ ਕੀ ਹੈਗਾ ਲੋਕਾਂ ਨੂੰ ਹੁਣੀ ਸੰਭਲਣ ਦੀ ਲੋੜ ਹੈਗੀ ਇਹ ਤੇ ਸਬਸਿਡੀਆਂ ਬਹੁਤ ਆ ਰਹੀਆਂ ਨੇ ਖਾਦਾਂ ਦੇ ਤਾਂ ਕਰਕੇ ਬਚਤ ਹੈ ਇਹ ਅਗਲੇ ਆਉਣ ਵਾਲੇ ਟਾਈਮ 'ਚ ਬਹੁਤ ਜ਼ਿਆਦਾ ਅੱਗੇ ਮਹਿੰਗੀਆਂ ਹੋ ਜਾਣੀਆਂ ਨੇਗੀਆਂ ਹਰੇਕ ਜਿਹੜਾ ਆਮ ਕਿਸਾਨ ਦੇ ਪਹੁੰਚ ਤੋਂ ਬਾਹਰ ਹੋ ਜਾਣਗੇ ਖਾਦਾਂ ਹੂੰ ਬਹੁਤ ਜ਼ਿਆਦਾ ਮਹਿੰਗੀਆਂ ਹੋ ਜਾਣੀਆਂ ਬਈ ਉਹ ਤੋਂ ਪਹਿਲਾਂ ਪਹਿਲਾਂ ਕੋਈ ਇਹਦਾ ਬਦਲ ਥੱਲੇ ਨੂੰ ਥੋੜਾ ਜਿਹਾ ਸੋਚਣਾ ਪੂ ਲੋਕਾਂ ਨੂੰ ਪਿੱਛੇ ਨੂੰ ਵੀ ਆਪਾਂ ਪੁਰਾਣੇ ਢੰਗ ਮਤਲਬ ਰਵਾਇਤੀ ਢੰਗ ਨੇ ਜਿਹੜੇ ਉਹ ਵਰਤ ਕੇ ਇਹਨੂੰ ਮਤਲਬ ਖੇਤੀ ਨੂੰ ਠੀਕ ਢੰਗ ਨਾਲ ਕੀਤਾ ਜਾਵੇ ਸਾਡੇ ਲੋਕਾਂ ਤਾਂ ਹਾਲੇ ਵੀ ਦਿਮਾਗ ਦੇ ਵਿੱਚ ਇਹੀ ਹੈ ਕਿ ਪੁਰਾਣੇ ਜਿਹੜੇ ਖੇਤੀ ਕਰਦੇ ਸੀ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਕੀਤੀਆਂ ਨੇ ਤਾਂ ਉਹ ਕਹਿੰਦੇ ਨਹੀਂ ਯਾਰ ਉਹ ਨਹੀਂ ਸਹੀ ਸੀ ਅਸੀਂ ਜਿਹੜੀ ਕਰਦੇ ਹਾਂ ਉਹ ਸਹੀ ਸੀ ਮਤਲਬ ਸਾਨੂੰ ਆਪਦੇ ਦਿਮਾਗ ਨੂੰ ਵੀ ਬਦਲਣਾ ਪਊ ਸਾਡੀ ਸੋਚ ਬਦਲਣੀ ਪਊ ਬਾਈ ਇਹ ਖੇਤੀ ਦਾ ਹੁਣ ਜਮਾ ਸਿਰ ਆ ਗਿਆ ਕਹਿੰਦੇ ਨੇ ਆਪਾਂ ਕਿ ਇੱਕ ਕੁਇੰਟਲ ਵੀ ਅੱਗੇ ਵਧਣ ਦੇ आसार ਨਹੀਂ ਹੈਗੇ ਇਤੋਂ ਥੱਲੇ ਨੂੰ ਡਾਊਨਫਾਲ ਜਰੂਰ ਆਉਣਾ ਹੈਗਾ ਕਿਉਂ ਜਿਹੜਾ ਜਿਹੜਾ ਦੁਨੀਆ ਭਰ ਦੇ ਜਿਹੜੇ ਪੈਸਟੀਸਾਈਡ ਵਰਤ ਕੇ ਦੇਖ ਲਏ ਖਾਦਾਂ ਵਰਤ ਕੇ ਦੇਖ ਲਈਆਂ ਇਤੋਂ ਉੱਪਰ ਜਾ ਹੀ ਨਹੀਂ ਸਕਦੀ ਖੇਤੀ ਦਾ ਝਾੜ ਵਗੈਰਾ ਕੁਝ ਵੀ ਇਤੋਂ ਥੱਲੇ ਹੀ ਆਉਣਾ ਹੈਗਾ ਥੱਲੇ ਹੁਣ ਉਹ ਸੋਚਣਾ ਪਊਗਾ ਉਹਨੂੰ ਕਵਰ ਕਿਵੇਂ ਕਰਨਾ ਹੈਗਾ ਹਮ ਬਿਲਕੁਲ ਅੱਛਾ ਭਾਈ ਸਾਡੇ ਕਿਸਾਨ ਭਰਾਵਾਂ ਦੇ ਲਈ ਸੁਨੇਹਾ ਜਿਹੜਾ ਉਹ ਕੀ ਰਹੂਗਾ ਜਿਹੜੇ ਸੋਚਦੇ ਜ਼ਰੂਰ ਨੇ ਕਿ ਯਾਰ ਕੁਝ ਕੀਤਾ ਜਾਵੇ ਪਰ ਸ਼ਾਇਦ ਰਿਸਕ ਲੈਣ ਤੋਂ ਚੱਲ ਜਾਂਦੇ ਨੇ ਸ਼ਾਇਦ ਜੇ ਗੁਰਵਿੰਦਰ ਨੇ 3 ਸਾਲ ਪਹਿਲਾਂ ਇੱਕ ਰਿਸਕ ਲਿਆ ਤਾਂ ਹੀ ਅੱਜ ਕਿਸੇ ਨਾ ਕਿਸੇ ਮੁਕਾਮ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਬਈ ਮੈਂ ਵੈਸੇ ਹਲੇ ਉਹ ਪੋਜੀਸ਼ਨ ਤੇ ਪਹੁੰਚਿਆ ਨਹੀਂ ਵੀ ਮੈਂ ਕਿਸੇ ਨੂੰ ਸਿੱਖਿਆ ਦੇਵਾਂ ਪਰ ਮੈਂ ਜਿੰਨਾ ਕ ਆਪ ਹੰਡਾਇਆ ਹੈ ਹਨਾ ਉਹਨਾਂ ਨੂੰ ਮੈਂ ਜ਼ਰੂਰ ਕਹਿ ਸਕਦਾ ਵੀ ਆਪਦੇ ਆਪਦੀ ਫਸਲ ਤਿਆਰ ਕਰੋ ਕੁਦਰਤੀ ਤਰੀਕੇ ਨਾਲ ਤਿਆਰ ਕੋਸ਼ਿਸ਼ ਕਰੋ ਵੀ ਤਿਆਰ ਹੋਵੇ ਘਟਾਉਂਦੇ ਜਾਓ ਪਹਿਲਾ ਇਹ ਨਹੀਂ ਹੈਗਾ ਵੀ ਆਪਾਂ ਮਤਲਬ ਇੱਕ ਇੱਕ ਪਹਿਲੇ ਸਾਰੀ ਬੰਦ ਕਰ ਦਈਏ ਨਹੀਂ 50% ਫਿਰ 25 ਉਹ ਥੋੜਾ ਘਟਾਉਂਦੇ ਜਾਓ ਠੀਕ ਹੈ ਉਸ ਤੋਂ ਬਾਅਦ ਤੁਹਾਡਾ ਪ੍ਰੋਡਕਟ ਜਿਹੜਾ ਤੁਸੀਂ ਤਿਆਰ ਕਰਦੇ ਹੋ ਫਸਲ ਤਿਆਰ ਕਰਦੇ ਹੋ ਕੱਚੀ ਉਸ ਤੋਂ ਤੁਸੀਂ ਕੋਈ ਕੋਸ਼ਿਸ਼ ਕਰੋ ਵੀ ਪ੍ਰੋਡਕਟ ਅਲੱਗ ਲੋਕਾਂ ਤੋਂ ਅਲੱਗ ਹਟਮਾ ਤਿਆਰ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਫਿਰ ਆਪਦੇ ਨਾਮ ਤੇ ਢੇਟ ਵੇਚੋ ਤੁਹਾਡੇ ਕੋਈ ਜਿਵੇਂ ਹੁਣ ਤੁਸੀਂ ਜੀਰੀ ਦਾ ਢੇਰ ਲਾਤਾ ਬਾਈ ਮੰਨ ਲਓ ਉੱਥੇ ਤੁਹਾਡਾ ਕੋਈ ਨਾਮ ਥੋੜੀ ਲਿਖਿਆ ਹੋਇਆ ਵੀ ਇਹ ਜੀਰੀ ਗੁਰਵਿੰਦਰ ਨੇ ਪੈਦਾ ਕੀਤੀ ਹੈ ਬਾਈ ਜਸ ਨੇ ਜਾਂ ਜਸ ਨੇ ਪੈਦਾ ਕੀਤੀ ਹੈ ਹਨ ਤੁਸੀਂ ਆਪਦਾ ਪੈਕਿੰਗ ਆਪਦਾ ਬ੍ਰਾਂਡ ਹੋਵੇ ਉੱਥੇ ਪਤਾ ਲੱਗੇ ਵੀ ਕਿੱਥੋਂ ਆਈ ਹੈ ਕੀ ਹੋਇਆ ਤਾਂ ਉਹ ਕੁਦਰਤੀ ਆ ਤੁਹਾਡੇ ਮਤਲਬ ਹੌਲੀ ਹੌਲੀ ਉਹ ਤੁਹਾਡੇ ਮਤਲਬ ਜਿਹੜੇ ਗਾਹਕ ਪੈਦਾ ਹੋ ਹੀ ਜਾਣਗੇ ਸੋ ਭਾਈ ਤੁਸੀਂ ਸਮਾਜਤਾ ਕੀਮਤੀ ਸਮੇਂ ਦੇ ਵਿੱਚੋਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਆਗਾਮੀ ਬਦੂ ਕਿਸਾਨਾਂ ਲਈ ਜਿਵੇਂ ਅਸੀਂ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤਾਂ ਜੋ ਕਿਸਾਨੀ ਜਿਹੜੀ ਹੈਗੀ ਆ ਨਾ ਉਹ ਨਿਗਾਰ ਵਾਲੇ ਪਾਸੇ ਜਾ ਰਹੀ ਹੈ ਤਾਂ ਕੋਸ਼ਿਸ਼ ਆ ਕਿ ਉਹਨੂੰ ਸਹੀ ਦਿਸ਼ਾ ਦਿੱਤੀ ਜਾਵੇ ਉਹਨੂੰ ਸਹੀ ਰਾਹ ਜਿਹੜਾ ਦਿਖਾਇਆ ਜਾਵੇ ਤੁਸੀਂ ਸਮਾਜਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਧੰਨਵਾਦ ਤੋਂ ਪਹਿਲਾਂ ਮੈਂ ਸੰਪਰਕ ਨੰਬਰ ਜ਼ਰੂਰ ਪੁੱਛਣਾ ਚਾਹੂੰਗਾ ਉਹ ਰਹਿ ਗਿਆ ਸੀ ਕਿ ਸੰਪਰਕ ਨੰਬਰ ਜ਼ਰੂਰ ਦੱਸ ਦਿਓ ਜੇਕਰ ਕੋਈ ਕਿਸਾਨ ਭਰਾ ਰਾਬਤਾ ਕਰਨਾ ਚਾਹੁੰਦਾ ਜਾਂ ਕੋਈ ਚਾਹੁੰਦਾ ਹੈ ਕਿ ਮੈਂ ਵੀ ਟੈਸਟ ਕਰਾਂ ਭਾਈ ਗੁਰਵਿੰਦਰ ਦੇ ਬਿਸਕੁਟ ਭਾਈ ਇਹ ਮੇਰਾ ਨੰਬਰ ਹੈਗਾ 94173 45268 94173 4526 ਬਾਕੀ ਭਰਾਵਾਂ ਨੂੰ ਇਹੀ ਬੇਨਤੀ ਹੈ ਵੀ ਥੋੜਾ ਥੋੜਾ ਚਾਹੇ ਤੂੰ 2 ਕਰਾਣਾ ਤੂੰ 3 ਕਰਾਣਾ ਤੂੰ ਸ਼ੁਰੂ ਕਰੋ ਕਿਸੇ ਵੀ ਪ੍ਰਕਾਰ ਦੀ ਲੋੜ ਹੈ ਹਨਾ ਮੈਥੋਂ ਪੁੱਛਣਾ ਕੁਝ ਵੀ ਕਰਨਾ ਜਦੋਂ ਮਰਜ਼ੀ ਮੈਨੂੰ ਅੱਧੀ ਰਾਤ ਫੋਨ ਕਰੋ ਮੈਂ ਹਾਜ਼ਰਾਂਗਾ ਅਤੇ ਇੱਕ ਗੱਲ ਹੋਰ ਦੱਸੋ ਜੇ ਮਨ ਕਿਸੇ ਪਰ ਵੀਰ ਭਰਾ ਨੇ ਮੰਗਾਉਣੇ ਆ ਉਹਨੂੰ ਕੋਈ ਤੁਹਾਡੀ ਦੁਕਾਨ ਕੋਈ ਮੌਲ ਕੋਈ ਕਿਤੇ ਹੈ ਜਾਂ ਤੁਹਾਡੇ ਪਿੰਡ ਆ ਕੇ ਲੈਣੇ ਪੈਣਗੇ ਬਿਸਕੁਟ ਜਾਂ ਤੁਹਾਡੇ ਨਾਲ ਫੋਨ ਤੇ ਰਾਬਤਾ ਤੁਸੀਂ ਕਿਸ ਤਰ੍ਹਾਂ ਦੇ ਨਾਲ ਉੱਤੱਕ ਪਹੁੰਚਦੇ ਕਰੋਗੇ ਕੀ ਕਨਸੈਪਟ ਆ ਬਈ ਏ ਬਾਈ ਜੀ ਮੈਂ ਨਾ ਹਲੇ ਜਿਵੇਂ ਮੈਂ ਘਰੋਂ ਚਲਾ ਰਿਆ ਸਾਰਾ ਕੁਝ ਹੀ ਪਿੰਡ ਵੀਰੋਕੇ ਕਲਾਂ ਤੋਂ ਠੀਕ ਹੈ ਬਾਕੀ ਦੂਸਰਾ ਨੰਬਰ ਇੱਕ ਤਲਵੰਡੀ ਭਾਈ ਪਏ ਨੇ ਆਪਣੇ ਜਿੱਮ ਹੈ ਉੱਥੇ ਉੱਥੇ ਆਪਣੇ ਮਿੱਤਰ ਨੇਗੇ ਉਹ ਵੀ ਆਰਗੈਨਿਕ ਛੇੜੇ ਹੋਏ ਇਹਨਾਂ ਨੇ ਤੇ ਉਹਨਾਂ ਕੋਲੇ ਪਿਆਗਾ ਇੱਕ ਫਰੀਜ ਕੋਟ ਪਿਆਗਾ ਉਹ ਮੈਂ ਨੰਬਰ ਮੈਂ ਮਤਲਬ ਬਾਅਦ ਚ ਦੱਸ ਦੂੰਗਾ ਫਰੀਜ ਕੋਟ ਵੀ ਪਈ ਨੇ ਤੇ ਚੰਡੀਗੜ੍ਹ ਪੰਜਾਬ ਹੈ ਗੁਰੂ ਦਾ ਜਿਹੜਾ ਦਫ਼ਤਰ ਹੈਗਾ ਉੱਤੇ ਸਟਾਲ ਹੈਗੀ ਜੀ ਤੇ 28 ਚ ਤੇ ਉੱਥੇ ਪਏ ਨੇ ਬਈ ਆਪਣੇ ਜੀ ਤਾਂ ਚਾਰ-ਪੰਜ ਸ਼ਹਿਰਾਂ ਚ ਪਏ ਨੇ ਆਪਣੇ ਤੇ ਬਾਕੀ ਹੁਣ ਤਕਰੀਬਨ ਵੱਡੇ ਸ਼ਹਿਰਾਂ ਚ ਮੇਰੀ ਚੱਲ ਰਹੀ ਹੈ ਗੱਲਬਾਤ ਸਾਰੇ ਜਾਣਗੇ ਉਹ ਤੇ ਜੇ ਬਾਈ ਕੋਈ ਹੁਣ ਰਾਈਟ ਨਾ ਹੋ ਜਿਹੜਾ ਮੰਗਵਾਉਣਾ ਚਾਹੁੰਦਾ ਕਿਸੇ ਹੋਰ ਸਟੇਟ ਦੇ ਵਿੱਚ ਤਾਂ ਉਹ ਕਿਸ ਤਰ੍ਹਾਂ ਦੇਣਾ ਤੁਹਾਨੂੰ رابطہ ਕਰਕੇ ਮਤਲਬ ਤੁਸੀਂ ਕੀ ਕੋਈ ਕੋਰੀਅਰ ਵਗੈਰਾ ਕਰੋਗੇ ਕਿ ਇਸ ਤਰ੍ਹਾਂ ਪਹੁੰਚਦੇ ਕਰੋਗੇ ਹਾਂ ਬਾਈ ਉਹ ਕੋਰੀਅਰ ਰਾਹੀਂ ਭੇਜਦੇ ਆਂ ਸੀ ਕਿੱਥੇ ਮਰਜੀ ਜਿੱਥੇ ਮਰਜੀ ਆ ਬਾਹਰ ਵੀ ਜਾਂਦੀ ਆ ਕੋਰੀਅਰ ਰਾਹੀਂ ਭੇਜਦੇ ਆਂ ਬਾਈ ਤੇ ਆਪਣੀ ਸਟੇਟ ਇੱਥੇ ਦਾ ਭੇਜਣਾ ਸੌਖਾ ਹੀ ਹੈਗਾ ਕੋਈ ਜੰਗ ਕਰਨੀ ਸੋ ਬਾਈ ਕੀਮਤੀ ਸਮੇਂਤਾ ਬਹੁਤ-ਬ ਰਾਤ ਚੌਗਣੀ ਤਰੱਕੀ ਕਰੋ ਬੜੀ ਜਲਦੀ ਜਿਹੜੇ ਪਿੰਡ ਬੀ ਦਾ ਇਹ ਟੈਗ ਟੈਗ ਹੈਗਾ ਉਹ ਮੈਂ ਕਹਣਾ ਵੀ ਵੱਡੇ ਮੌਲਾਂ ਦੇ ਵਿੱਚ ਬੜੀ ਜਲਦੀ ਸਾਨੂੰ ਦੇਖਣ ਨੂੰ ਮਿਲੇ ਬਹੁਤ ਬਹੁਤ ਧੰਨਵਾਦ ਧੰਨਵਾਦ ਬਈ ਸ੍ਰੀ ਕਾਲ ਬਈ ਸੋ ਮੇਰੇ ਨਾਲ ਭਾਈ ਗੁਰਵਿੰਦਰ ਸਿੰਘ ਸੀ ਇਦਾਂ ਦੇ ਗਾਬ ਨੂੰ ਕਿਸਾਨਾਂ ਨੂੰ ਦਿਖਾਉਣ ਦੀ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜੇ ਕਹਿੰਦੇ ਆ ਕਿ ਭਾਈ ਖੇਤੀਬਾੜੀ ਦੇ ਵਿੱਚ ਕੁਝ ਨਹੀਂ ਅਸੀਂ ਇੱਧਰਲਾ ਮੁਲਕ ਛੱਡ ਕੇ ਬਾਹਰਲੇ ਮੁਲਕਾਂ ਦੇ ਵੱਲ ਜਿਹੜਾ ਹੈਗਾ ਪ੍ਰਵਾਸ ਕਰਨਾ ਹੈ 20-25 ਲੱਖ ਰੁਪਏ ਲਾ ਕੇ ਬਾਹਰ ਪ੍ਰਵਾਸ ਕਰਨਾ ਤਾਂ ਉੱਥੇ ਏਦਾਂ ਦੇ ਕਿਸਾਨ ਵੀ ਬੈਠੇ ਨੇ ਜਿਹੜੇ ਖੇਤੀਬਾੜੀ ਦੇ ਵਿੱਚੋਂ ਬੜਾ ਕੁਝ ਕਮਾ ਰਹੇ ਨੇ ਆਪਦੇ ਆਪ ਨੂੰ ਕਿਸਾਨ ਦੇ ਨਾਲ-ਨਾਲ ਵਪਾਰੀ ਬਣਾਉਣਾ ਪੈਣਾ ਜੇਕਰ ਅਸੀਂ ਖੇਤੀ ਦੇ ਵਿੱਚੋਂ ਕਮਾਉਣਾ ਚਾਹੁੰਣਾ ਜਿਵੇਂ ਬਾਈ ਨੇ ਕਿਹਾ ਕਿ ਜੇਕਰ ਅਸੀਂ ਮੈਂ ਮੋਟਾ-ਮੋਟਾ ਜਿਹਾ ਹਿਸਾਬ ਲਾਇਆ ਕਹਿੰਦੇ 1.5 ਗੁਣਾ ਕਮਾਈ ਵਧਿਆ ਇੱਕ ਇੱਕ ਖੇਤੀਬਾੜੀ ਦੇ ਨਾਲੋਂ ਹਾਂ ਤੁਹਾਨੂੰ ਥੋੜਾ ਜਿਹਾ ਹੱਥ ਜ਼ਰੂਰ ਹਲਾਉਣਾ ਪਊਗਾ ਤੁਹਾਨੂੰ ਥੋੜੀ ਜੀ ਮਿਹਨਤ ਜਿਹੜੀ ਆ ਜ਼ਰੂਰ ਕਰਨੀ ਪਊ ਕਿਉਂਕਿ ਜਦੋਂ ਤੁਸੀਂ ਵਪਾਰੀ ਬਰਨਾ ਬਨਣਾ ਹੁੰਦਾ ਮਾਰਕੀਟਿੰਗ ਕਰਨ ਦੇ ਲਈ ਸਾਨੂੰ ਬੜਾ ਕੁਝ ਕਰਨਾ ਪੈਂਦਾ ਬਾਈ ਗੁਰਵਿੰਦਰ ਹੋਰਾਂ ਦਾ ਸੰਪਰਕ ਨੰਬਰ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਬਾਈ ਹੋਰਾਂ ਦੇ ਨਾਲ ਰਾਪਤਾ ਕਰ ਸਕਦੇ ਹੋ ਸੰਪਰਕ ਜਿਹੜਾ ਹੈਗਾ ਉਹ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੇ ਕਿਸਾਨਾਂ ਨੂੰ ਹੱਲਾਸ਼ੇਰੀ ਫੋਨ ਕਰਕੇ ਜ਼ਰੂਰ ਦਿਆ ਕਰੋ ਤਾਂ ਜੋ ਅੱਗੇ ਤੋਂ ਇਹ ਆਪਣੀ ਜਿਹੜੀ ਹੈਗੀ ਆ ਜ਼ਮੀਨ ਨੂੰ ਹੋਰ ਵਧਾ ਸਕਣ ਆਪਣੇ ਜਿਹੜਾ ਹੈ ਕਾਰੋਬਾਰ ਨੂੰ ਹੋਰ ਵਧਾ ਸਕਣ ਤੇ ਹੋ ਨਾਨਾ ਨੂੰ ਜਿਹੜਾ ਹੈ ਉਹ ਆਪਣੇ ਨਾਲ ਲਾਉਣ ਕੇ ਯਾਰ ਜੇ ਅਸੀਂ ਇਹ ਕਰ ਸਕਦੇ ਆ ਤਾਂ ਹੋਰ ਕੋਈ ਜਿਹੜਾ ਹੈਗਾ ਉਹ ਕਿਉਂ ਨਹੀਂ ਕਰ ਸਕਦਾ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ ਹੁਣ ਆਪਣੇ ਦੋਸਤ ਜਸ ਕਰੇ ਬੌਂਦੇਓ ਜਾਸ਼ਤ ਦੇਖਦੇ ਰਹੋ ਆਰਐਮਪੀ ਟੈਲੀਵਿਜ਼ਨ ਧੰਨਵਾਦ ਜੀ